तुसी सुन रहे हो रेडियो चन परदेसी। शिकागो दा 24 घंटे 7 दिन चलन वाला पहला पंजाबी रेडियो। दोस्तों एसी एक पैगाम साडे रेडियो चन परदेसी वालों आवाज दी मार्फत रेडियो चन परदेसी नाल जुड़े हुए बहुत ही सत्कार ते दानश्वर दोस्तों तुहाडी खिदमत च साडे मसले ते सांझां दे प्रोग्राम दी अगरेरी किश्त लैके हाजिर होया हां। मैं हां तुहाडा मेजबान गुरबचन मान। प्रोग्राम विच आप सब दा निघा स्वागत है, अदाब नमस्कार सत श्री अकाल। थानू ये जान के प्रसन्नता होएगी कि मेरे इस प्रोग्राम दे खास मेहमान हन डॉक्टर मनमोहन सिंह जी, रिटायर्ड IAS अधिकारी जो पंजाब सरकार दे उचेरी विद्या दे प्रिंसिपल सकत्तर दी सेवा निभाउंदे रहे हन। इन्हां दी योग्यता ईमानदारी दे किस्से सिर चढ़ के बोलदे ने। DPI दी हैसियत विच विद्या दी व्यौंतबंदी भारत दी पद्धर तों इन्हां दी वडमुल्ली सेवा सी। विद्यक तौर दे उपर ग्रेजुएशन इन्हां दी जर्मनी तों और इस तरीके दे नाल उन्हां दी डॉक्टरेट कुरुक्षेत्र यूनिवर्सिटी तों। इन्हां दे आर्टिकल्स म्यारी अखबारां च शाया हुंदे रहिंदे ने। अज इन्हां नाल मुख तौर दे उपर दो संवेदनशील पर दोवें ही बहुत महत्वपूर्ण विषय उन्हां बारे विचार वटांदरा करांगे। पहला किसान बचाओ देश बचाओ, दूसरा मुद्दा खेती आर्डिनेंस जो हुण कानून दी शकल अख्तियार कर गए हन किवें सब लई घातक ने। इस दे नाल ही मैं डॉक्टर मनमोहन सिंह जी बारे अते अज दे मुद्दियां संबंधी मुढली जानकारी दे कारज नूं इत्थे समेटदिआं होइआं प्रोग्राम विच डॉक्टर साहब दी शमूलियत लई धन्नवाद ते जी आयां नूं। डॉक्टर साहब जी आयां नूं जी, मेरे नाल लाइन दे उपर जुड़े होए हो। मैं अपने वल्लों अदारा चन परदेसी वल्लों और देश विदेश विच भारी गिणती विच जुड़े होए सूझवान स्रोतां दी तरफों ਤੁਹਾਨੂੰ ਜੀ ਆਇਆਂ ਕਹਿਣਾ ਜੀ। ਡਾਕਟਰ ਮਾਨ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਜੋੜਿਆ ਆਪਣੇ ਅਦਾਰੇ ਨਾਲ ਤੇ ਸਾਰੀ ਦੁਨੀਆਂ ਦੇ ਸਰੋਤਿਆਂ ਨਾਲ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਹਰਬਾਨੀ ਡਾਕਟਰ ਸਾਹਿਬ। ਅੱਜ ਦੇ ਦੋ ਮੁੱਦੇ ਜੇ ਮੈਂ ਹੁਣੇ ਅਰਜ਼ ਕੀਤੀ ਸੀ, ਕਿਸਾਨ ਬਚਾਓ ਦੇਸ਼ ਬਚਾਓ ਔਰ ਦੂਸਰੇ ਹਿੱਸੇ ਵਿੱਚ ਖੇਤੀਬਾੜੀ ਦੇ ਆਰਡੀਨੈਂਸ ਜੋ ਹੁਣ ਕਾਨੂੰਨ ਦੀ ਸ਼ਕਲ ਅਖਤਿਆਰ ਕਰ ਚੁੱਕੇ ਨੇ, ਬਹੁਤ ਮਹੱਤਵਪੂਰਨ ਮੁੱਦੇ ਨੇ ਔਰ ਬਹੁਤ ਸਿਆਣੇ ਲੋਕ ਜਿਹੜੇ ਹੈਗੇ ਨੇ ਉਹ ਕੰਨ ਲਾ ਕੇ ਸੁਣ ਰਹੇ ਨੇ। ਮੰਚ ਤੁਹਾਡਾ, ਜਿੱਥੋਂ ਮਰਜ਼ੀ ਸ਼ੁਰੂ ਕਰ ਸਕਦੇ ਹੋ, ਜਿਸ ਵੀ ਨੁਕਤੇ ਤੋਂ ਚਾਹੋ ਜੀ। ਹਾਂਜੀ ਡਾਕਟਰ ਸਾਹਿਬ, ਬੇਨਤੀ ਹੈ ਵੇ ਕਿ ਮੁੱਦੇ ਦੋ ਵੱਖਰੇ ਨਹੀਂ ਸਗੋਂ ਇੱਕੋ ਹੀ ਮੁੱਦਾ ਤੇ ਉਹਦੇ ਦੋ ਦੋ ਹਿੱਸੇ ਨੇ ਜਾਂ ਦੋ ਦੇ ਵੱਖ ਵੱਖ ਪੱਖ ਨੇ ਜੀ। ਮੈਂ ਮੁੱਦੇ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਡੇ ਕੋਲੋਂ ਤੇ ਸਰੋਤਿਆਂ ਕੋਲੋਂ ਮਾਫ਼ੀ ਮੰਗਾਂਗਾ, ਮੈਂ ਗੁਸਤਾਖੀ ਕਰਨ ਲੱਗਾ। ਛੋਟੇ ਹੁੰਦਿਆਂ ਇਤਿਹਾਸ ਪੜ੍ਹਦੇ ਹੁੰਦੇ ਸਾਂ, ਉਹਦੇ ਵਿੱਚ ਇੱਕ ਬਾਦਸ਼ਾਹ ਦੀ ਗੱਲ ਆਉਂਦੀ ਹੈ। ਦਿੱਲੀ ਦਾ ਬੜਾ ਵੱਡਾ ਬਾਦਸ਼ਾਹ ਸੀ ਕਿ ਜੀ, ਉਹਨੇ ਬੜੇ ਸੁਧਾਰ ਲਿਆਂਦੇ, ਰਾਜਧਾਨੀ ਵੀ ਬਦਲ ਦਿੱਤੀ, ਕਰੰਸੀ ਵੀ ਬਦਲ ਦਿੱਤੀ, ਜਿੱਥੇ ਕਦੀ ਹਮਲਾ ਨਹੀਂ ਸੀ ਕੀਤਾ ਚੀਨ 'ਤੇ ਵੀ ਹਮਲਾ ਕੀਤਾ। ਉਦੋਂ ਛੋਟਾ ਜਿਹਾ ਦਿਮਾਗ ਸੀ, ਸਮਝ ਨਹੀਂ ਸੀ ਆਉਂਦੀ ਕਿ ਉਹ ਬਾਦਸ਼ਾਹ ਹੀ ਇੰਨਾ ਸਿਆਣਾ ਸੀ ਕਿ ਉਹ ਸਮੇਂ ਤੋਂ ਕਿਸੇ ਹੋਰ ਸਮੇਂ 'ਚ ਪੈਦਾ ਹੋ ਗਿਆ ਸੀ, ਜਾਂ ਉਹਦੇ ਆਲੇ ਦੁਆਲੇ ਕੋਈ ਉਹਦਾ ਅਮੀਰ ਵਜ਼ੀਰ ਸਲਾਹਕਾਰ ਕੋਈ ਹੈ ਹੀ ਨਹੀਂ ਸੀ। ਇਸੇ ਤਰ੍ਹਾਂ ਜਦੋਂ ਥੋੜੇ ਵੱਡੇ ਹੋਏ ਤੇ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਇੱਕ ਚਾਂਸਲਰ ਸਾਹਿਬ ਬਣੇ, ਲੋਕਾਂ ਨੇ ਬਣਾਏ, ਬੜੇ ਸੋਹਣੇ ਬੁਲਾਰੇ ਸਨ, ਬੱਲੇ ਬੱਲੇ ਹੋ ਜਾਂਦੀ ਸੀ ਤੇ ਹੌਲੀ ਹੌਲੀ ਉਹਨਾਂ ਨੇ ਜੋ ਦੁਨੀਆਂ ਦਾ ਘਾਨ ਕੀਤਾ ਉਹਦੇ ਤੋਂ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ। ਕੁਝ ਮੈਨੂੰ ਇਸ ਤਰ੍ਹਾਂ ਦਾ ਹੀ ਵਰਤਾਰਾ ਲੱਗਦਾ ਕਿ ਜਿਹੜੇ ਬਹੁਤੇ ਸਿਆਣੇ ਬੰਦੇ ਹੁੰਦੇ ਨੇ, ਜਾਂ ਤੇ ਉਹ ਸਮਿਆਂ ਤੇ ਗਲਤ ਸਮੇਂ ਤੇ ਆਉਂਦੇ ਨੇ, ਜਾਂ ਉਹਨਾਂ ਦਾ ਕੁਝ ਇਹੋ ਜਿਹਾ ਛੱਪਾ ਪੈ ਜਾਂਦਾ
ਕਿ ਉਹਨਾਂ ਨੂੰ ਨਾ ਤੇ ਕੁਝ ਸੁਣਦਾ ਤੇ ਕੰਨ ਉਹਨਾਂ ਦੇ ਚ ਕੋਈ ਜ਼ਰੂਰਤ ਹੀ ਨਹੀਂ ਕਰਦਾ ਕੁਝ ਸੁਣਾਉਣ ਦੀ। ਕੁਝ ਇਸੇ ਤਰ੍ਹਾਂ ਦੀ ਹਾਲਾਤ ਇਸ ਵੇਲੇ ਸਾਡੇ ਦੇਸ਼ ਦੀ ਹੁੰਦੀ ਲੱਗਦੀ ਹੈ ਜੀ। ਤੇ ਪਹਿਲਾਂ ਡੀਮੋਨੇਟਾਈਜੇਸ਼ਨ ਹੋਈ, ਫਿਰ GST ਆਇਆ, ਬਿਲਕੁਲ, ਫਿਰ ਪਤਾ ਨੀ ਹੋਰ ਕੀ ਆਇਆ, ਤੇ ਕਨੇਡਾ ਕਰੋਨਾ ਤੇ ਆਪਾਂ ਸਮਝਦੇ ਹਾਂ ਵੀ ਸ਼ਾਇਦ ਦੁਨੀਆਂ ਦੀ ਕੋਈ ਕੁਦਰਤ ਦਾ ਕਹਿ ਰਹੇ ਪ੍ਰਕੋਪ ਹੈ ਸਾਰੀ ਮਨੁੱਖਤਾ ਦੇ। ਤੇ ਆਹ ਹੁਣ ਜਿਹੜੇ ਆਰਡੀਨੈਂਸ ਆ ਗਏ ਨੇ, ਇਹਨਾਂ ਨੇ ਤੇ ਸਾਰਾ ਦੇਸ਼ ਦਾ ਹਰ ਖੇਤਰ ਹਿਲਾ ਕੇ ਰੱਖ ਦਿੱਤਾ ਜੀ। ਅੰਕੜੇ ਆਏ ਸਨ ਪਿੱਛੇ ਜੇ ਕਿ ਜਦੋਂ ਕੋਰੋਨਾ ਦਾ ਲਾਕਡਾਊਨ ਹਿੰਦੁਸਤਾਨ ਵਿਚ ਹੋਇਆ ਮਾਰਚ ਦੇ ਅਖੀਰ ਚ, ਪਹਿਲੀ ਤਿਮਾਹੀ ਦੇ ਅੰਕੜੇ ਆਏ ਤੇ ਪਤਾ ਲੱਗਾ ਕਿ ਵੀ ਤਿੰਨਾਂ ਮਹੀਨਿਆਂ ਚ ਦੇਸ਼ ਦੀ ਜਿਹੜੀ GDP ਹੈ ਜਾਂ ਆਰਥਿਕਤਾ ਸੁੰਗੜ ਗਈ ਹੈ। ਸੁੰਗੜ ਵੀ ਕਿੰਨੀ ਹੈ, ਲਗਭਗ 24% ਘੱਟ ਗਈ ਤਿੰਨਾਂ ਮਹੀਨਿਆਂ ਚ ਜੀ। ਤੇ ਉਹਦੇ ਵਿਚ ਫਿਰ ਪਤਾ ਇਹ ਲੱਗਾ ਕਿ ਭਾਈ ਕੰਸਟਰਕਸ਼ਨ ਤਾਂ 50% ਘੱਟ ਗਈ, ਇੰਡਸਟਰੀ ਤੇ 40% ਘੱਟ ਗਈ, ਹੋਰ ਖੇਤਰ ਵੀ ਘੱਟ ਗਏ। ਇਕੱਲਾ ਇੱਕ ਖੇਤੀ ਦਾ ਖੇਤਰ ਸੀ ਮਾਸ ਜਿਹਦੇ ਚ 3.4% ਦਾ ਵਾਧਾ ਹੋਇਆ। ਖੇਤੀ ਚ ਵੈਸੇ ਵੀ ਵਾਧਾ ਇੰਨਾ ਕੀ ਹੁੰਦਾ ਹੁੰਦਾ ਜੀ। ਸੋ ਚਾਹੀਦਾ ਤੇ ਇਹ ਸੀ ਵੀ ਖੇਤੀ ਦੇ ਕਰਨ ਵਾਲਿਆਂ ਨੂੰ ਇਹਦੇ ਵਿਚ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ, ਉਹਨਾਂ ਨੂੰ ਕੋਈ ਉਤਸ਼ਾਹਿਤ ਕੀਤਾ ਜਾਂਦਾ, ਉਹਨਾਂ ਦੇ ਕੋਈ ਸੋਹਲੇ ਗਾਏ ਜਾਂਦੇ। ਪਰ ਸਾਡੇ ਦੇਸ਼ ਦੀ ਸਰਕਾਰ ਨੇ 3 ਕਾਨੂੰਨ ਤੜਾ ਤੜ ਲਿਆ ਤੇ ਆਰਡੀਨੈਂਸ ਪਾਸ ਵੀ ਕਰਾਤੇ ਨੇ, ਰਾਸ਼ਟਰਪਤੀ ਦੀ ਮੋਹਰ ਵੀ ਲੱਗ ਗਈ ਹੈ। ਸੋ ਇਹਨਾਂ ਦਾ ਅਸਰ ਕੀ ਹੋਣ ਵਾਲਾ, ਬਹੁਤ ਇਸ ਵੇਲੇ ਚਰਚਾ, ਦੇਸ਼ਾਂ ਵਿਦੇਸ਼ਾਂ ਚ ਚਰਚਾ, ਵਿਦਵਾਨਾਂ ਚ, ਬੁੱਧੀਮਾਨਾਂ ਚ, ਕਲਾਕਾਰਾਂ ਚ, ਨੇਤਿਆਂ ਚ, ਅਭਿਨੇਤੇ ਸਭ ਇਸ ਲੱਗੇ ਹੋਏ। ਆਖਿਰ ਤੇ ਕੋਈ ਗੱਲ ਇਹਨਾਂ ਵਿਚ ਕੋਈ ਹੋਏਗਾ ਨੁਕਸ ਤਾਂ ਹੀ ਸਾਰੇ ਜਣੇ ਨੇ, ਨਹੀਂ ਤੇ ਇੱਥੇ ਤਾਂ ਦੋ ਬੰਦੇ ਕਿਤੇ ਇਕੱਠੇ ਤੁਰਦੇ ਹੀ ਨਹੀਂ ਜੀ ਜੀ। ਸੋ ਉਹ ਇਹਦੇ ਤੋਂ ਇਹ ਅਹਿਸਾਸ ਹੁੰਦਾ ਕਿ ਹਰ ਕੋਈ ਮਹਿਸੂਸ ਤਾਂ ਕਰਦਾ। ਇਸ ਤੋਂ ਪਹਿਲਾਂ ਕਿ ਮੈਂ ਇਹਦਾ ਕੋਈ ਹੋਰ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਾਂ, ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਸੰਖੇਪ ਦੇ ਵਿਚ ਇਹਨਾਂ ਬਿੱਲਾਂ ਜਾਂ ਆਰਡੀਨੈਂਸਾਂ ਜਿਹੜੇ ਹੁਣ ਤੋਂ ਐਕਟ ਬਣ ਗਏ ਨੇ ਇਹਨਾਂ ਦਾ ਥੋੜਾ ਜਿਹਾ ਵੇਰਵਾ ਕਰ ਦੇਵਾਂ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਮੁਲਾਜ਼ਮ ਸਮਝੋ ਬਹੁਤ ਰੈਲੇਵੈਂਟ ਹੈ, ਬਲਕਿ ਉਹ ਸਮਝ ਹੋਏਗੀ ਉਸ ਗੱਲ ਵੱਲ। ਬਿਲਕੁਲ ਠੀਕ ਹੈ ਜੀ ਜੀ। ਵੇਖੋ ਜੀ, ਪਹਿਲਾ ਕਾਨੂੰਨ ਕਹਿ ਲਓ ਹੁਣ ਤਾਂ ਬਣ ਗਿਆ, ਜ਼ਰੂਰੀ ਵਸਤਾਂ ਐਕਟ 1955, ਉਹਦੇ ਵਿਚ ਸੋਧ ਕੀਤੀ ਗਈ ਹੈ। ਇਹ ਐਕਟ 1954 ਚ ਬਣਿਆ ਸੀ। ਪਹਿਲਾਂ ਕੁਝ ਸੋਚ ਹੁੰਦੀ, ਗੱਲ ਕੀ ਸੀ ਕਿ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਚ ਅਨਾਜ ਦੀ ਭਾਰੀ ਕਿੱਲਤ ਸੀ ਜੀ। ਇੱਥੇ ਕੋਈ ਸਿਸਟਮ ਨਹੀਂ ਸੀ ਸਰਕਾਰ ਦਾ ਲੋਕਾਂ ਨੂੰ ਸਹਾਇਤਾ ਦੇਣ ਦਾ, ਤਾਂ ਇਜਾਰੇਦਾਰ, ਮੁਨਾਫਾਖੋਰੀ, ਬੁਰਾ ਹਾਲ ਸੀ। ਵਿਦੇਸ਼ਾਂ ਚੋਂ ਅਸੀਂ ਕਣਕ ਮੰਗਾਉਂਦੇ ਹੁੰਦੇ ਸਾਂ, ਅਮਰੀਕਾ ਤੋਂ ਜਹਾਜ਼ ਆਉਣਾ, ਬੰਦਰਗਾਹ ਤੇ ਉਤਰਨਾ, ਖਬਰਾਂ ਛਪਣੀਆਂ ਤੇ ਫਿਰ ਰਾਸ਼ਨ ਵੰਡਿਆ ਜਾਣਾ ਜੀ। ਸੋ ਉਸ ਵੇਲੇ ਦੀ ਸਰਕਾਰ ਨੇ ਸੋਚਿਆ ਕਿ ਮੁਨਾਫਾਖੋਰੀ, ਇਸ਼ਾਰੇ ਇਜਾਰੇਦਾਰੀ, ਬਲੈਕ ਮਾਰਕੀਟਿੰਗ, ਇਹਨਾਂ ਚੀਜ਼ਾਂ ਨਾਲ ਆਮ ਆਦਮੀ ਨੂੰ ਚੀਜ਼ਾਂ ਮੁਹੱਈਆ ਨਹੀਂ ਹੁੰਦੀਆਂ, ਤਾਂ ਉਹਨਾਂ ਨੇ ਇੱਕ ਐਕਟ ਬਣਾਇਆ। ਇਸ ਐਕਟ ਦੇ ਵਿੱਚ ਸਰਕਾਰ ਨੂੰ ਵੱਖ ਵੱਖ ਅਧਿਕਾਰ ਨੇ ਵੀ ਕਿਸੇ ਚੀਜ਼ ਨੂੰ ਖਰੀਦਣਾ, ਉਹਦਾ ਕਿੰਨਾ ਸਟਾਕ ਰੱਖਣਾ ਹੈ, ਕਿਸ ਤਰ੍ਹਾਂ ਉਹਦੀ ਢੋਆ ਢੁਆਈ ਕਰਨੀ ਹੈ, ਕਿਸ ਤਰ੍ਹਾਂ ਉਹਦਾ ਅੱਗੋਂ ਵਿਤਰਨ ਕਰਨਾ ਲੋਕਾਂ ਨੂੰ ਜੀ। ਸੋ ਇਹ ਇੱਕ ਸਟੈਪ ਸਨ ਉਸ ਵੇਲੇ ਦੀ ਸਰਕਾਰ ਦੇ, ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਮੇਨ ਲਾਹਨਤਾਂ ਨੇ ਕਿਸੇ ਵੀ ਵਸਤੂ ਦੀ, ਉਹ ਖਾਣ ਵਾਲੀ ਵੀ ਹੋ ਸਕਦੀ ਹੈ, ਉਹ ਕੋਈ ਹੋਰ ਵੀ ਹੋ ਸਕਦੀ ਹੈ ਜੀ। ਤੇ ਉਹਨਾਂ ਕਮੋਡਿਟੀਜ਼, ਉਹਨਾਂ ਨੇ ਕਿਹਾ ਜੀ ਅਸੈਂਸ਼ੀਅਲ ਕਮੋਡਿਟੀਜ਼ ਨੇ, ਜ਼ਰੂਰੀ ਵਸਤਾਂ ਨੇ। ਹੁਣ ਸਾਡੀ ਸਰਕਾਰ ਨੇ ਇਹ ਕੀਤਾ ਕਿ ਇਹਦੇ ਵਿੱਚ ਵਪਾਰੀਆਂ, ਪ੍ਰੋਸੈਸਰਸ, ਐਕਸਪੋਰਟ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਦੀ ਤਕਰੀਬਨ ਖੁੱਲ੍ਹ ਦੇ ਦਿੱਤੀ। ਜਿੰਨਾ ਮਰਜ਼ੀ ਸਟਾਕ ਰੱਖੋ, ਜਿੱਥੇ ਮਰਜ਼ੀ ਖੜੋ, ਜੋ ਮਰਜ਼ੀ ਕਰੋ, ਜੋ ਮਰਜ਼ੀ ਤੁਸੀਂ, ਤੁਹਾਡੀ ਜ਼ਿੰਮੇਵਾਰੀ, ਮਨ ਮਰਜ਼ੀ ਕਰੋ। ਹੁਣ ਇਹਦੇ ਨਾਲ ਹੋਣ ਕੀ ਵਾਲਾ, ਪਹਿਲਾਂ ਤਾਂ ਆਪਾਂ ਵੇਖ ਲਈਏ ਕਿ ਪੁਰਾਣੇ ਐਕਟ ਦੇ ਬਾਵਜੂਦ ਵੀ ਕਦੀ ਕਦੀ ਆਪਾਂ ਨੂੰ ਪਤਾ ਕਦੀ ਪਿਆਜ਼ ਮਹਿੰਗੇ ਹੋ ਗਏ, ਕਦੀ ਆਲੂ ਸਮਾਨੇ ਚੜ ਗਏ, ਕਦੀ ਧਰਤੀ ਤੇ ਡਿੱਗ ਪਈਆਂ, ਕਦੀ ਦਾਲਾਂ 100 ਰੁਪਏ ਕਿਲੋ ਤੋਂ ਵੱਧ ਗਈਆਂ। ਸੋ ਬਾਵਜੂਦ ਇਹਨਾਂ ਐਕਟਾਂ ਦੇ, ਔਰ ਇਹਨਾਂ ਐਕਟਾਂ ਦੇ ਵਿੱਚ ਪ੍ਰੋਵੀਜ਼ਨਸ ਨੇ, ਹਰਜਾਨਾ ਪੈ ਸਕਦਾ, ਪੈਨਲਟੀ ਲੱਗ ਸਕਦੀ ਹੈ ਜਿਹੜਾ ਉਲੰਘਣਾ ਕਰਦਾ, ਬੜੇ ਕਾਨੂੰਨ ਬਣੇ ਹੋਏ ਨੇ, ਨਿਯਮ ਬਣੇ ਹੋਏ ਨੇ, ਵਕੀਲ ਨੇ, ਅਦਾਲਤਾਂ ਚ ਮਸਲੇ ਜਾਂਦੇ ਨੇ।
जुर्माना भी हो सकता। 7 साल तक की कैद की प्रोविजन है, कुछ महीनों तो लैके 7 साल तक भी कैद हो सकती है। ठीक भाई, बंदा सोचने वाली गल है जी, ए सारे के बावजूद समय समय से सानू मुश्किल आदि ने, जो ये सारा कुछ फ्री करता तो फिर हाल की होगा जी। कहा जाता है कि जो बंगाल का अकाल पिया सी तो एक कारण यह नहीं सी कि देश की कमी सी, कमी तो सी लेकिन कमी की सी भी जेडे होल्डर सन, वड्डे वड्डे व्यापारी सन, सरमाएदार सन, वह बाजार च बेचते नहीं सन, ठीक लोगों मिलता नहीं सी जी। तो एक कारण टोटल घाट तो सी तो इसलिए जे इना इना कानून के बावजूद सानू कदी कदी मुश्किल आ रही ने, तो भाई बाद होगा यह सोचने वाली गल है। पर साडी सरकार समझदी नहीं, व्यापार वधना चाहिए, निर्यात वधना चाहिए, लोग जो मर्जी कर। उदाहरण साढ़े को सीधी है, साढ़े देश इस वे 80% तो बाद असी कच्चा तेल बाहरों मंगाने, ठीक रिफाइन होंदिया ने, रिफाइनरिया कि चलो मैं की ना लेने ने, ठीक है कुछ सरकारी भी ने तो कुछ गैर सरकारी भी ने, ठीक है ते ओदे चों फिर बड़ी वड्डी मात्रा च असी डीजल पेट्रोल होर ते होर लुक ये भी असी एक्सपोर्ट करते हैं, और एक नहीं कई देश ने जी। यूएसए नू भी असी एक्सपोर्ट करने हैं रिफाइंड पेट्रोलियम प्रोडक्ट जी, सऊदी अरेबिया तो कच्चा तेल लियाने उन्होंने भी असी वापस देने हैं। अच्छा जी, ते रेट बाहरलियां नू देने हैं असी पिछले कई सालों तो 32-33-34-35 रुपए लीटर डीजल या पेट्रोल, ठीक ते असी अपने देश की देने हैं पिछले कई सालों तो 17 तो घटिया ही नहीं, कई शहर च 80 रुपये लीटर मिलता डीजल ते पेट्रोल। ए है जिथे व्यापार की खुल हुंदी है, ठीक रिफाइनिंग दे विच जिहड़ा वातावरण खराब हुंदा वो साडे जुम्मे, लेकिन मुनाफा जिहड़ा वो रिफाइनरिया दे जुम्मे। सो ए है हालत जदों के अंधा धुंद खुल मिलती है सरमाएदार नूं या व्यापारी नूं या कारखानेदार नूं या पुलसां नूं। सो ए कुछ होण वाला है, और जे फर्ज करो ए हो ही गए ने हुण कानून दूर नहीं, जिन्ना चिर इस वेले हिंदुस्तान च भंडार है कणक दा भी है चौलां दा भी है, जदों किते सरकार ते चाहुंदी है खत्म हो जाए इन्ने भंडार नूं असां करना की है जी। नुकसान ए वे जी भी इहदे कोल साडे कोल सांभिया नहीं जांदा, ये आंदे भी भाई असी सारा कुछ खत्म कर देना ताकि सानू सांभना ना पे, ठीक है भाई सरकार समझिया ने भी साढ़े को सांभिया नहीं जाता, जेडे प्राइवेट प्लेयर ने वह सांभ लैणगे, ठीक ते लोकी वो बेचारे जो भुगतणगे वह समा ही दसेगा जी। दूजा एक्ट जिहड़ा लिआंदा इन्होंने वो है जिहदा संबंध मंडीकरण नाल आ जी। मंडीकरण दिया खेती जिहड़ा साडे देश दे संविधान दे विच स्टेट लिस्ट च सारिआं नूं पता है भी स्टेट लिस्ट दे अधिकार जिहड़े ने कानून बनाउण दे राज सरकारां नूं हुंदे ने, केंद्रीय लिस्ट दे केंद्रीय सरकार नूं ने एक कनकरंट लिस्ट है जिहदे च दोवें कानून बना सकदियां ने, पर मौके दे विच इह हो गया कि हौली हौली राज्यां दे अधिकार च जिहड़े ने कुछ खोले ने कुछ लै ले ने कुछ अमेंडमेंटां लै ले कुछ जबरदस्ती लै ले जी। सो खेती अजे भी स्टेट लिस्ट ते है, ठीक पर स्टेट लिस्ट का आधार से ही वक्त वक्त राज ने खेती प्रोडक्ट की मंडी करने लिए कानून बनाए सन, पंजाब हरियाणा होर स्टेटा ने भी, ठीक ओ थले मंडी दिया मंडिया बन गई ने, नवीं मंडिया बनिया ने, नैटवर्क बनिया पंजाब की, जो खेती की खुशहाली का एक वड्डा कारण इन्हों मंडिया का। मैनू पता है जो मैं छोटा हुंदा सां तो प्राइवेट मंडिया के जो जिमीदार थोड़ी थोड़ी जिनस लैके जाता सी ਉਹਦੀ ਕਿਸ ਤਰ੍ਹਾਂ ਨਾਲ ਸੇਠ ਸਾਹਿਬ ਜਿਹੜੇ ਨੇ ਉਹ ਤੇ ਬਹਿੰਦੇ ਸਨ ਤਖ਼ਤ ਪੋਸ਼ ਤੇ, ਜੱਟ ਵਿਚਾਰਾ ਬਹਿੰਦਾ ਸੀ ਥੱਲੇ ਭੁੰਜੇ ਦਰੀ ਤੇ, ਹੌਲੀ ਹੌਲੀ ਉਹਦੇ ਬਦਲਿਆ ਪਰਖਾ ਅਜੇ ਵੀ ਮੰਡੀਆਂ ਦੀ ਸ਼ਾਇਦ ਇਹੀ ਹੈ, ਅਜੇ ਵੀ ਪੁਰਾਣੇ ਲਾਲੇ ਜਿਹੜੇ ਨੇ ਉਹ ਜੱਟ ਨੂੰ ਥੱਲੇ ਹੀ ਭਾਉਂਦੇ ਨੇ ਪਰ ਥੱਲੇ ਨੀ, ਹੁਣ ਉਹ ਕੁਰਸੀਆਂ ਤੇ ਬਹਿੰਦੇ ਨੇ ਥੱਲੇ ਨੀ ਬਹਿੰਦੇ, ਠੀਕ ਚਲੋ। ਸੋ ਜਿਹੜੀ ਇਹ ਸਰਕਾਰੀ ਖਰੀਦ ਸ਼ੁਰੂ ਹੋਈ ਕਿਉਂਕਿ ਦੇਸ਼ ਚ ਘਾਟਾ ਸੀ, सरकार नूं लोड़ सी बाकी देश नूं भी लोड़ सी, FCI नां दा अदारा बनाया उहदा राही सरकार खरीद करनी शुरू कीती। सो एक्स सरकार दे सन राज सरकारां दे उहदे थल्ले मंडियां बनियां उत्थे कमेटियां बनियां ने, हेरा फेरी हुण भी बड़ी हुंदी है, मैं नहीं कहिंदा भी इहदे च कोई हेरा फेरी नहीं हुंदी जां जट ने, उहदे लई कुछ
ਤਰੁਕੀਆਂ ਜਿਹੜੀਆਂ ਨੇ ਸਿਸਟਮ ਦੀਆਂ ਨੇ ਜਿਨ੍ਹਾਂ ਨੂੰ ਸੋਚਿਆ ਜਾ ਸਕਦਾ ਦੂਰ ਕੀਤਾ ਜਾ ਸਕਦਾ। ਕੋਈ ਤਰੁਟੀਆਂ ਰਵੱਈਏ ਦੀਆਂ ਨੇ, ਵਪਾਰੀ ਦਾ ਰਵੱਈਆ ਵੀ ਤੇ ਕਿਸਾਨ ਦਾ ਵੀ ਰਵੱਈਆ। ਕਿਸਾਨ ਭਾਵੇਂ ਮੈਂ ਆਪ ਕਿਸਾਨ ਹਾਂ, ਕਿਸਾਨਾਂ ਵਾਲਾ ਮੇਰੀ ਹਮਦਰਦੀ ਹੈ, ਪਰ ਵਿੱਚ ਵਿੱਚ ਸਾਡੇ ਚ ਵੀ ਕਾਲੀਆਂ ਭੇਡਾਂ ਹੁੰਦੀਆਂ ਨੇ ਜੀ ਜੀ, ਆੜਤੀ ਵੀ ਵਿੱਚ ਬੜੇ ਮਾੜੇ ਨੇ। ਲੇਕਿਨ ਇਹਦੇ ਬਾਵਜੂਦ ਇਹ ਸਿਸਟਮ ਜਿਹੜਾ ਇਹਦੇ ਚ, ਕਿਉਂਕਿ ਕਮੇਟੀ ਦੀ ਨਿਗਰਾਨੀ ਹੁੰਦੀ ਹੈ, ਪਬਲਿਕਲੀ ਆਕਸ਼ਨ ਹੁੰਦੀ ਹੈ, ਹਿਸਾਬ ਕਿਤਾਬ ਪੂਰਾ ਰੱਖਿਆ ਜਾਂਦਾ। ਆਪਣੇ ਬਹੁਤ ਸਾਰੇ ਜਿਹੜੇ ਵਿਦੇਸ਼ੀ ਸਾਡੇ ਭਰਾ ਨੇ, ਮੁੰਡੇ ਕੁੜੀਆਂ ਨੂੰ, ਭੈਣਾਂ ਭਰਾਵਾਂ ਨੂੰ ਅਸੀਂ ਭੇਜਦੇ ਹਾਂ। ਤੁਹਾਡਾ ਜੇ ਫਾਰਮ ਦੀ ਜਿਹੜੀ ਮੰਨਤ ਹੈ, ਉਹਨੂੰ ਤੁਹਾਡੀਆਂ ਅੰਬੈਸੀਆਂ ਵੀ ਮੰਨਦੀਆਂ ਨੇ। ਬਿਲਕੁਲ, ਹੋਰ ਕੋਈ ਆਮਦਨ ਦਾ ਪਰੂਫ ਹੋਏ ਨਾ ਹੋਏ, ਜੇ ਫਾਰਮ ਨੂੰ ਸਮਝਦੇ ਨੇ ਵੀ ਹਾਂ ਭਾਈ ਬਾਪੂ ਕੋਲ ਜੇ ਫਾਰਮ ਇੰਨੇ ਦੇ ਲਾਏ ਨੇ, ਇਹਦੇ ਕੋਲ ਹੈ ਇੰਨਾ ਕੁ ਸਰਮਾਇਆ ਕਿ ਇਹ ਬੱਚੇ ਨੂੰ ਪੜ੍ਹਾ ਸਕੇਗਾ। ਤੁਹਾਡਾ ਇਨਕਮ ਟੈਕਸ ਡਿਪਾਰਟਮੈਂਟ ਤੇ ਬੈਂਕ ਵੀ ਜਦੋਂ ਆਮਦਨ ਦਾ ਪਰੂਫ ਮੰਗਦੇ ਨੇ ਤੇ ਜੇ ਫਾਰਮ ਨੂੰ ਉਹ ਪੱਕਾ ਹੀ ਮੰਗਦੇ ਨੇ। ਲੇਕਿਨ ਇਹ ਆਉਂਦੇ ਨੇ, ਇਹਨਾਂ ਨੇ ਹੁਣ ਕੀ ਕੀਤਾ, ਕੇਂਦਰ ਨੇ ਰਾਜਾਂ ਦੇ ਸਰਕਾਰਾਂ ਅਧਿਕਾਰਾਂ ਦੀ ਨੀ ਕੋਈ ਗੱਲ ਕੀਤੀ, ਰਾਜ ਸਰਕਾਰਾਂ ਨੂੰ ਇਹਦਾ ਘਾਟਾ ਪਏਗਾ ਉਹਦੀ ਗੱਲ ਨੀ ਕੀਤੀ। ਸੋ ਬਲਵਾਨ ਬੜੇ ਬੜੇ ਤਰਕ ਦਿੰਦੇ ਨੇ, ਕੁਝ ਮੈਂ ਪੜ੍ਹ ਰਿਹਾ ਸਾਂ, ਵੇਖ ਰਿਹਾ ਸਾਂ, ਕਹਿੰਦੇ ਜੀ ਇਹ ਜਿਹੜਾ ਮੰਡੀ ਫੀਸ ਫੰਡ ਲਿਆ ਜਾਂਦਾ ਨਾ, ਇਹ ਬਜਟ ਚ ਨੀ ਪੈਂਦਾ। ਠੀਕ, ਉਹ ਭਾਈ ਬਜਟ ਕੀ ਚੀਜ਼ ਹੁੰਦੀ ਹੈ, ਲੱਗਦਾ ਤਾਂ ਸਟੇਟ ਚ ਹੀ ਹੈ, ਉਹਦੇ ਚ ਵੀ ਤਰੁੱਟੀਆਂ ਨੇ। ਹੁਣ ਇਹ ਨਹੀਂ ਸਮਝਦੇ ਕਿ ਜੇ ਪੰਜਾਬ ਹਰਿਆਣੇ ਦੇ ਪਿੰਡਾਂ ਦੀਆਂ ਸੜਕਾਂ ਬਣੀਆਂ ਨੇ ਤੇ ਉਸੇ ਰੂਰਲ ਫੰਡ ਤੋਂ ਬਣੀਆਂ ਨੇ, ਜਿਹੜਾ ਕਿ ਜਿਹੜਾ ਕਿ ਉੱਥੋਂ ਲਿਆ ਜਾਂਦਾ। ਪ੍ਰਧਾਨ ਮੰਤਰੀ ਸੜਕ ਯੋਜਨਾ ਤੇ 50 ਸਾਲ ਬਾਅਦ ਚ ਬਣੀ ਆ, ਪੰਜਾਬ ਦੀਆਂ ਸੜਕਾਂ ਤੇ ਅੱਜ ਤੋਂ 40 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ। ਠੀਕ ਹੈ, ਸੰਗਤ ਦਰਸ਼ਨਾਂ ਚ ਖੁੱਲੇ ਗੱਫੇ ਵੀ ਦਿੱਤੇ ਜਾਂਦੇ ਨੇ, ਉਹ ਹੇਰਾ ਫੇਰੀਆਂ ਵੀ ਹੁੰਦੀਆਂ ਨੇ, ਪਰ ਉਹ ਜਿਵੇਂ ਕੋਈ ਅੰਗਰੇਜ਼ੀ ਦੀ ਕਹਾਵਤ ਹੈ ਕਿ ਡੋਂਟ ਥਰੋ ਦਾ ਟੱਬ ਵਿਦ ਦਾ ਬੇਬੀ। ਇਹ ਸਹੀ ਹੈ, ਜੇ ਤੁਹਾਡੀਆਂ ਸਿਸਟਮ ਚ ਤਰੁੱਟੀਆਂ ਨੇ, ਕਿਸੇ ਵਿਅਕਤੀ ਵਿਸ਼ੇਸ਼ ਚ ਤਰੁੱਟੀਆਂ ਨੇ, ਜੇ ਹੁੰਦੀ ਮੌਜੂਦਾ ਨਾਲ ਕੋਈ ਕਿਸੇ ਕਿਸਮ ਦੀ ਮੁਸ਼ਕਲ ਹੈ, ਤੇ ਉਹਨੂੰ ਠੀਕ ਕਰਨਾ ਕਿ ਉਹਨੂੰ ਕਹਿਣਾ ਜੀ ਇਹ ਸਿਸਟਮ ਹੀ ਖਤਮ ਕਰ ਦਿਓ ਜੀ। ਮੈਂ ਸਮਝਦਾ ਕਿ ਸਾਰੇ ਵਿਕਾਸਸ਼ੀਲ ਦੇਸ਼ਾਂ ਚ, ਸਗੋਂ ਕਈ ਯੂਰਪੀਨ ਦੇਸ਼ਾਂ ਦੇ ਵਿੱਚ ਵੀ ਕਣਕ ਝੋਨੇ ਦੀ ਖਰੀਦ, ਨਰਮੇ ਦੀ ਖਰੀਦ, ਇਹਦਾ ਵੇਚ ਦਾ ਸਿਸਟਮ ਸ਼ਾਇਦ ਇੰਨਾ ਵਧੀਆ ਨਹੀਂ। ਆਉਂਦੇ ਨੇ ਲੋਕ, ਵਹਿੰਦੇ ਨੇ, ਤੇ ਵਿਕਾਸਸ਼ੀਲ ਦੇਸ਼ਾਂ ਚ ਤੇ ਹੈ ਹੀ ਨਹੀਂ ਕਿਤੇ ਸਿਸਟਮ ਨਾ ਹੋਣ ਦੇ ਬਰਾਬਰ। ਠੀਕ, ਸੋ ਜਿੱਥੇ ਕਿਤੇ ਸਾਡਾ ਚੰਗਾ ਚੱਲਦਾ ਅਸੀਂ ਉਹਨੂੰ ਵੀ ਖਤਮ ਕਰਦਾ। ਤੇ ਹੁਣ ਜਿਹੜਾ ਸਿਸਟਮ ਨਵਾਂ ਆਉਣਾ, ਜਿਹੜਾ ਵਪਾਰੀ ਹੈ, ਔਰ ਵਪਾਰੀ ਵੀ ਕੋਈ ਵੀ ਹੋ ਸਕਦਾ, ਮਜ਼ੇਦਾਰ ਗੱਲ, ਇੱਕ ਬੜੀ ਮਜ਼ੇਦਾਰ ਗੱਲ ਹੈ, ਇਹ ਸੋਚਣ ਵਾਲੀ ਗੱਲ ਹੈ, ਵਪਾਰੀ ਕੋਲ ਸਿਰਫ ਇੱਕ ਪੈਨ ਕਾਰਡ ਚਾਹੀਦਾ, ਉਹਦੀ ਕੋਈ ਬੈਂਕ ਗਰੰਟੀ ਦੀ ਲੋੜ ਨਹੀਂ, ਉਹਦੇ ਲਈ ਕੋਈ ਅਸਾਸੇ ਦੀ ਲੋੜ ਨਹੀਂ, ਕੋਈ ਇਹ ਨਹੀਂ ਵੇਖਣਾ ਜੱਟ ਨੂੰ ਥੋੜਾ ਜਿਹਾ ਕਰਜ਼ਾ ਦੇਣਾ ਹੋਏ ਤੇ ਉਹਦੇ ਕੋਲ ਸਾਰਾ ਕੁਝ ਲਿਖਾ ਲੈਂਦੇ ਹਾਂ ਜੀ, ਬੈਂਕ ਵਾਲੇ ਜੀ ਇੰਨੀ ਜ਼ਮੀਨ ਹੈ, ਇੰਨੇ ਟਰੈਕਟਰ, ਇੰਨੀਆਂ ਗਾਵਾਂ ਨੇ, ਇੰਨੀਆਂ ਮੱਝਾਂ ਨੇ। ਬਿਲਕੁਲ, ਲੇਕਿਨ ਵਪਾਰੀ ਜਿਹੜਾ ਜਿਹਨੇ ਵਪਾਰ ਕਰਨ ਦੀ ਖੋਲੇ ਪੰਜਾਬ ਆਪਣੇ ਹਿੰਦੁਸਤਾਨ ਦੇ ਨਵੇਂ ਐਕਟ ਦੇ ਮੁਤਾਬਕ, ਸਿਰਫ ਇੱਕ ਪੈਨ ਕਾਰਡ ਚਾਹੀਦਾ, ਤੁਸੀਂ ਜਿੰਨੇ ਦੀ ਮਰਜ਼ੀ ਜੱਟ ਕੋਲੋਂ ਆਧਾਰ ਕਾਰਡ ਖਰੀਦ ਲਓ, ਕਹੋ ਜੀ ਕੱਲ ਦਿਆਂਗੇ ਪੈਸੇ, ਕੱਲ ਕਿੱਦਣ ਆਉਣਾ ਉਹ, ਜਾਂ ਜੱਟ ਜਾਣੇਗਾ ਤੇ ਜਾਂ ਤੁਸੀਂ ਜਾਣੋ। ਠੀਕ, ਔਰ ਇਹ ਕੋਈ ਮੈਂ ਹਵਾ ਚ ਨੀ ਗੱਲ ਕਰ ਰਿਹਾ, ਖੰਡ ਮਿਲਾਂ ਵੇਖ ਲਓ, ਬਿਲਕੁਲ ਇਹੀ ਕੁਝ ਹੋ ਰਿਹਾ, ਕਿੰਨੇ ਕਿੰਨੇ ਸਾਲ ਮਹੀਨੇ ਲੱਗ ਜਾਂਦੇ ਨੇ ਉਹਦੇ ਪੈਸੇ ਲੈਣ ਲਈ, ਉਹ ਸਰਕਾਰੀ ਵੀ ਨੇ, ਉਹ ਗੈਰ ਸਰਕਾਰੀ ਵੀ ਨੇ, ਚੰਗੀਆਂ ਕੋਪਰੇਟਿਵ ਮਿੱਲਾਂ ਵੀ ਨਹੀਂ ਤੇ ਪ੍ਰਾਈਵੇਟਾਂ ਦਾ ਤੇ ਉਸ ਤੋਂ ਵੀ ਰਾਮ ਨਾਮ ਸੱਤ ਹੈ। ਫਿਰ ਸਾਡੇ ਕੋਲ ਇੱਕ ਹੋਰ ਬੜਾ ਇੱਕ ਕਿਹਾ ਜਾਂਦਾ ਜੀ ਕੰਪੀਟੀਸ਼ਨ ਹੋਏਗਾ, ਇਹਦੇ ਨਾਲ ਜੱਟ ਨੂੰ ਵੱਧ ਭਾਅ ਮਿਲੇਗਾ। ਉਹ ਦੋਸਤੋ ਭਲਾ ਦੇਖੋ, ਇੱਥੇ ਸਾਡੇ ਚੱਲਦਾ ਦੋ ਸਿਸਟਮ ਹੀ ਚੱਲਦੇ ਨੇ, ਬੱਸਾਂ ਸਰਕਾਰੀ ਵੀ ਚੱਲਦੀਆਂ ਨੇ, ਬੱਸਾਂ ਪ੍ਰਾਈਵੇਟ ਵੀ ਚੱਲਦੀਆਂ ਨੇ। ਠੀਕ, ਤੇ ਮੁਨਾਫਾ ਕਿਹਨੂੰ ਹੁੰਦਾ? ਪ੍ਰਾਈਵੇਟ ਵਾਲੇ ਨੂੰ। 20 ਤਰ੍ਹਾਂ ਦੇ ਹੇਰਾ ਫੇਰੀਆਂ ਨਾਲ ਪ੍ਰਾਈਵੇਟ ਵਾਲਾ ਤੇ ਪਾਸ ਹੈ ਤੇ ਸਰਕਾਰੀ ਬੱਸਾਂ ਦੀਆਂ ਕੰਪਨੀਆਂ ਜਾਂਦੀਆਂ ਘਾਟੇ ਚ। ਠੀਕ ਹੈ, ਸੋ ਇਹੋ ਹੀ ਹਾਲ ਇੱਥੇ ਹੋਏਗਾ ਜਦੋਂ ਦੋ ਮਾਰਕੀਟਾਂ ਹੋਣਗੀਆਂ ਤੇ ਪ੍ਰਾਈਵੇਟ ਮੰਡੀਆਂ ਤੇ ਪ੍ਰਫੁੱਲਿਤ ਹੋਣਗੀਆਂ ਤੇ ਸਰਕਾਰੀ ਮੰਡੀਆਂ ਜਿਹੜੀਆਂ ਉਹ ਹੌਲੀ ਹੌਲੀ ਖਤਮ ਹੋ ਜਾਣਗੀਆਂ। ਅਸਲ ਵਿੱਚ ਗੱਲ ਇਹ ਵੇ ਕਿ ਭਾਰਤ ਸਰਕਾਰ ਹੁਣ ਸਮਝਦੀ ਹੈ ਕਿ ਬਾਕੀ ਦੇਸ਼ ਦੇ ਬਾਕੀ ਹਿੱਸਿਆਂ ਚ ਵੀ ਬੜੀ ਤਰੱਕੀ ਹੋ ਗਈ ਹੈ, ਕਣਕ ਚੌਲ ਉੱਥੇ ਵੀ ਪੈਦਾ ਹੋਣ ਲੱਗ ਪਿਆ, ਸੋ ਸਾਨੂੰ ਪੰਜਾਬ ਹਰਿਆਣੇ ਤੋਂ ਕਣਕ ਝੋਨੇ ਦੀ ਹੁਣ ਲੋੜ ਨਹੀਂ, ਇਹ ਕੋਈ ਹੋਰ ਕੰਮ ਕਰਨ। ਬੜੀ ਚੰਗੀ ਸੋਚ ਹੈ, ਹੋਰ ਕੰਮ ਕੀ ਕਰਨ? ਸਾਡੇ ਨੀਤੀਵਾਨ, ਸਾਡੇ ਵਿਦਵਾਨ, ਸਾਡੇ ਮਾਹਰ ਵੀ ਇਸ ਮੱਕੜ ਜਾਲ ਨੂੰ ਸਮਝਦੇ ਨਹੀਂ। ਠੀਕ ਭਾਈ, ਹੋਰ ਅਸੀਂ ਕੀ ਕਰੀਏ? ਜਦੋਂ ਮੁਕਾਬਲਾ ਕਰਦੇ ਹਾਂ ਦੂਜੇ ਪ੍ਰਾਂਤਾਂ ਨਾਲ ਜਾਂ ਦੂਜੇ ਹਿੱਸਿਆਂ ਨਾਲ, ਤੁਸੀਂ ਇਹ ਨੁਸਖਾ ਉਹਨਾਂ ਨੂੰ ਕਿਉਂ ਨਹੀਂ ਦੱਸਦੇ? ਤੁਸੀਂ ਯੂਪੀ ਤੇ ਬਿਹਾਰ ਵਾਲਿਆਂ ਨੂੰ ਕਹੋ ਕਿ ਸਬਜ਼ੀਆਂ ਉਗਾਓ, ਉੱਥੇ ਆਦਮੀ ਵੀ ਵੱਧ, ਉੱਥੇ ਜ਼ਮੀਨਾਂ ਦਾ ਸਾਈਜ਼ ਘੱਟ, ਉੱਥੇ ਖਾਣ ਵਾਲੇ ਵੀ ਵੱਧ, ਤੁਸੀਂ ਟਮਾਟਰ ਉੱਥੇ ਉਗਾਓ। ਹਾਂ, ਤੁਸੀਂ ਜ਼ਰੂਰ
जलंधर के आले दुआले टमाटर बीजने ने तो मैनू नहीं यह समझ आई। नंबर दो, चलो यह तो है जी साडा दूजा बिल जिन्हू कहने तीजा बिल जो कंट्रैक्ट फार्मिंग ना जुड़िया बिलकुल अगे भी ਆਪਾਂ ਠੇਕੇ ਤੇ ਜ਼ਮੀਨ ਦਿੰਦੇ ਹਾਂ ਲੈਂਦੇ ਹਾਂ ਬਟਾਈ ਤੇ ਵੀ ਦਿੰਦੇ ਸਾਂ ਪਹਿਲਾਂ ਬਟਾਈ ਦਾ ਰਿਵਾਜ਼ ਸੀ ਹੁਣ ਹਟ ਗਿਆ ਹੁਣ ਲੰਪ ਸੰਮ ਕਿੱਲੇ ਦੇ ਠੇਕੇ ਦਾ ਕੋਈ ਮਾਮਲਾ ਕਹਿੰਦੇ ਹਾਂ ਕਿਸੇ ਖੇਤਰ ਚ ਕਿਤੇ ਠੇਕਾ ਕਹਿੰਦੇ ਹਾਂ ਸੋ ਇਹ ਹੁਣ ਨਵਾਂ ਜਿਹੜਾ ਕਾਨੂੰਨ ਆਇਆ ਇਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਵੀ ਅਸੀਂ ਇੱਕ ਨੈਸ਼ਨਲ ਫਰੇਮਵਰਕ ਬਣਾਇਆ ਭਾਵ ਫਰੇਮਵਰਕ ਬਣਾਇਆ ਨਹੀਂ ਐਗਜ਼ਿਸਟਿੰਗ ਫਰੇਮਵਰਕ ਨੂੰ ਤਬਾਹ ਕੀਤਾ ਉਹ ਕਿੱਦਾਂ ਇਸ ਵੇਲੇ ਕੋਈ ਝਗੜਾ ਹੋਏ ਲੈਣ ਦੇਣ ਦਾ ਤੇ ਅਸੀਂ ਅਦਾਲਤਾਂ ਚ ਚਲੇ ਜਾਂਦੇ ਹਾਂ ਬਿਲਕੁਲ ਆਂਦੇ ਜੀ ਨਾ ਇਸ ਐਕਟ ਦੇ ਮੁਤਾਬਕ ਅਸੀਂ ਬਣਾਤਾ ਲਿਖਤੀ ਸਮਝੌਤਾ ਹੋਏਗਾ ਠੇਕੇ ਦੇ ਲੈਣ ਵਾਲੇ ਚ ਵੀ ਤੇ ਜ਼ਮੀਨ ਦੇ ਮਾਲਕ ਚ ਵੀ ਉਹਦੀਆਂ ਸ਼ਰਤਾਂ ਤੈਅ ਹੋਣਗੀਆਂ ਸ਼ਰਤਾਂ ਕੀ ਹੋਣਗੀਆਂ ਪਹਿਲੀ ਗੱਲ ਇੱਕ ਬੰਨੇ ਇੱਕ ਜਿਮਾਂਦਾਰ ਜਾਂ ਕਿਸਾਨ ਕਿੱਡਾ ਵੀ ਸਿਆਣਾ ਸਮਝੇ ਕਿੱਡਾ ਵੀ ਵੱਡਾ ਸਮਝੇ ਤੇ ਦੂਜੇ ਬੱਜੇ ਇੱਕ ਕਾਰਪੋਰੇਟ ਘਰਾਣਾ ਜਿਹਦੇ ਕੋਲ ਲਾ ਦੇ ਵੀ ਐਕਸਪਰਟ ਨੇ ਫਰਾਂਸਿਸ ਦੇ ਵੀ ਐਕਸਪਰਟ ਨੇ ਹਰ ਚੀਜ਼ ਦੇ ਨੇ ਉਹ ਡਰਾਫਟ ਕਰਨਗੇ ਕਿਉਂਕਿ ਜੱਟ ਨੇ ਤਾਂ ਕੋਈ ਬਣਾ ਕੇ ਨਹੀਂ ਲਿਆਉਣਾ ਠੀਕ ਹੈ ਕੰਟਰੈਕਟ ਫਾਰਮ ਤੋਂ ਉਹਨਾਂ ਬਣਾਉਣਾ ਕਿਸੇ ਕੋਲੋਂ ਡਰਾ ਕੇ ਕਿਸੇ ਨੂੰ ਧਮਕਾ ਕੇ ਕਿਸੇ ਨੂੰ ਗੱਲ ਦੀ ਸਮਝ ਹੀ ਨਹੀਂ ਆਉਣੀ ਤਾਂ ਉਹ ਸਾਈਨ ਕਰਵਾ ਲੈਣੇ ਨੇ ਬਿਲਕੁਲ ਸਾਈਨ ਕਰਵਾ ਲੈਣੇ ਨੇ ਨਾਲ ਜ਼ਮੀਨ ਠੇਕੇ ਤੇ ਉਹ ਲੈ ਵੀ ਸਕਦਾ ਕਰਜ਼ਾ ਵੀ ਲੈ ਸਕਦਾ ਹੁਣ ਸ਼ਰਤਾਂ ਕੀ ਹੋਣੀਆਂ ਨੇ ਵੀ ਹਰ ਚੀਜ਼ ਇਹ ਮੈਂ ਆਪਣੇ ਕੋਲੋਂ ਤੁਹਾਨੂੰ ਦੱਸ ਰਿਹਾ ਫਿਰ ਹੋਣਾ ਕਿੰਨੀ ਵਾਰੀ ਪਾਣੀ ਲਾਏਗਾ ਕਿਹੜੀ ਦਵਾਈ ਸਪਰੇਅ ਕਰੇਗਾ ਕਿੰਨੀਆਂ ਗੋਡੀਆਂ ਕਰੇਗਾ ਕਿਹੜੀ ਕੁਆਲਿਟੀ ਹੋਏਗੀ ਕਿਹੜਾ ਬੀਜ ਬੀਜੇਗਾ ਜੋ ਚੀਜ਼ਾਂ ਉਹਨਾਂ ਦੇਣੀਆਂ ਨੇ ਉਹਦੇ ਰੇਟ ਤੇ ਮਨ ਮਰਜ਼ੀ ਦੇ ਤੇ ਜੋ ਕੰਮ ਤੁਸੀਂ ਆਂਦੇ ਵੀ ਤੂੰ ਕੰਮ ਕਰਨਾ ਤੇ ਤੈਨੂੰ ਦਿਹਾੜੀ ਵੀ ਦੇਵਾਂਗੇ ਠੀਕ ਤੇ ਦਿਹਾੜੀ ਵੀ ਆਪਣੀ ਮਰਜ਼ੀ ਦੀ ਦੇਣਗੇ ਠੀਕ ਹੁਣ ਬੰਦਾ ਪੁੱਛੇ ਵੀ ਇਸ ਸਿਸਟਮ ਦੇ ਵਿੱਚ ਜਿਹੜਾ ਕਿਸਾਨ ਹੈ ਕੰਮ ਕਰਨ ਵਾਲਾ ਕਿਸਾਨ ਖੇਤ ਦਾ ਮਾਲਕ ਉਹਨੂੰ ਇੱਕ ਕਿਸਮ ਦੇ ਨਾਲ ਉਹਦੇ ਖੇਤ ਚੋਂ ਬੇਦਖਲ ਕਰਨ ਵਾਲਾ ਤੁਸੀਂ ਕਿਸੇ ਨੂੰ ਘਰ ਕਿਰਾਏ ਤੇ ਦੇ ਦਿਓ ਠੀਕ ਹੈ ਦੁਕਾਨ ਕਿਰਾਏ ਤੇ ਦੇ ਦਿਓ ਮਕਾਨ ਕਿਰਾਏ ਤੇ ਦੇ ਦਿਓ ਗੋਦਾਮ ਦੇ ਦਿਓ ਠੀਕ ਹੈ ਜੇ ਤੇ ਉਹ ਕੋਈ ਚੰਗਾ ਨੇਕ ਬੰਦਾ ਤੇ ਤੁਹਾਨੂੰ ਆਏ ਨੂੰ ਚਾਹ ਪਿਆ ਦੇਗਾ ਨਹੀਂ ਤੇ ਨਾ ਕਿਰਾਇਆ ਨਾ ਤੁਸੀਂ ਉੱਥੇ ਵੜ ਸਕਦੇ ਹੋ ਟ੍ਰੈਸ ਪਾਸ ਦਾ ਕਾਨੂੰਨ ਤੁਹਾਡੇ ਉੱਤੇ ਲੱਗੇਗਾ ਤੇ ਮਜ਼ੇਦਾਰ ਗੱਲ ਹੈ ਤੁਸੀਂ ਅਦਾਲਤਾਂ ਚ ਵੀ ਨਹੀਂ ਜਾ ਸਕੋਗੇ ਝਗੜਾ ਤੁਹਾਡਾ ਜਾਏਗਾ ਐਸ ਡੀ ਐਮ ਕੋਲ ਝਗੜਾ ਤੁਹਾਡਾ ਉਹਦੀ ਅਪੀਲ ਜਾਏਗੀ ਏ ਡੀ ਸੀ ਕੋਲ ਬਸ ਏ ਡੀ ਸੀ ਤੇ ਐਸ ਡੀ ਐਮ ਤੁਸੀਂ ਸਮਝਦੇ ਹੋ ਕਿੰਨੀ ਕੁ ਉਹਨਾਂ ਨੂੰ ਆਜ਼ਾਦੀ ਹੈ ਕਿੰਨੇ ਕੁ ਉਹਨਾਂ ਕੋ ਕਾਨੂੰਨੀ ਸੁਰੱਖਿਆ ਕਿ ਉਹ ਆਪਣੇ ਆਪ ਨੂੰ ਬਚਾ ਕੇ ਕੋਈ ਤੁਹਾਡੇ ਹੱਕ ਚ ਜਾਂ ਇਨਸਾਫ ਕਰ ਸਕਣਗੇ ਬਿਲਕੁਲ ਸੋ ਜੋ ਸਿਸਟਮ ਹੈ ਉਹਨੂੰ ਅਸੀਂ ਤੈਸ ਨੈਸ ਕਰ ਦਿੱਤਾ ਜਿੱਥੋਂ ਕਿਤੋਂ ਨਿਆ ਮਿਲਣ ਦੀ ਆਸ ਸੀ ਉਹ ਵੀ ਸਾਰੀਆਂ ਰੋਕਾਂ ਲਾ ਦਿੱਤੀਆਂ ਠੀਕ ਇਹ ਹੈ ਜੀ ਨਵਾਂ ਔਰ ਕਿਹਾ ਜਾਂਦਾ ਕਿ ਜੱਟ ਨੂੰ ਆਜ਼ਾਦੀ ਹੈ ਫਿਰ ਪਤਾ ਕੀ ਕਹਿੰਦੇ ਨੇ ਵਿਵਾਨ ਉਹ ਜੀ ਜੱਟ ਨਾ ਸਾਈਨ ਕਰੇ ਨਹੀਂ ਤਾਂ ਉਹ ਭਾਈ ਜੱਟ ਨੇ ਕੀ ਕਰਨਾ ਵਿਚਾਰੇ ਨੇ ਹੁਣ ਵੀ ਇਹ ਵੇ ਤੁਸੀਂ ਮੰਡੀ ਲੈ ਜਾਓ ਹੁਣ ਝੋਨਾ ਅੱਜ ਕੱਲ ਆ ਰਿਹਾ ਕੱਲ ਦੀ ਖਬਰ ਏ ਇੱਕ 26 ਬ੍ਰਾਂਡ ਝੋਂਡਾ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਜੀ ਬ੍ਰਾਂਡ ਏ ਪੀ ਆਰ 126 ਘੱਟ ਸਮੇਂ ਦਾ ਝੋਨਾ ਸਾਰੇ ਮਾਹਰ ਆਉਂਦੇ ਜੀ ਇਹਨੂੰ ਲਾਓ ਕਿਉਂਕਿ ਪਾਣੀ ਘੱਟ ਲੈਂਦਾ ਜੀ ਕੱਲ ਦੀ ਖਬਰ ਏ ਕਿ ਸ਼ਾਲਰ ਵਾਲੇ ਆਂਦੇ ਜੀ ਅਸੀਂ ਤੇ 200 ਰੁਪਇਆ ਘੱਟ ਲਵਾਂਗੇ ਕਿਉਂਕਿ ਇਹਦੇ ਚੌਲ ਘੱਟ ਨਿਕਲਦੇ ਹੁਣ ਤੁਸੀਂ ਟਰਾਲੀ ਭਰ ਕੇ ਕਣਕ ਦੀ ਇੱਕ ਤੋਂ ਆਂਦੇ ਜੀ ਜਿੱਥੇ ਮਰਜ਼ੀ ਵੇਚ ਲਏ ਉਹ ਭਰਾਓ ਮਰਜ਼ੀ ਕੀ ਵੇਚ ਲੈਣੀ ਹੈ ਮੇਰੇ ਕੋਲ ਇੱਕ ਟਰਾਲੀ ਕਣਕ ਦੀ ਹੈ ਜਾਂ ਇੱਕ ਟਰਾਲੀ ਝੋਨੇ ਦੀ ਹੈ ਤੇ ਮੈਂ ਉਹਨੂੰ ਕਿੱਥੇ ਲੈ ਜਾਵਾਂਗਾ ਬਿਲਕੁਲ ਜੱਟ ਦੇ ਤਾਂ ਕੋਲ ਇੱਕੋ ਟਰਮ ਹੈ ਕਿ ਮੰਡੀ ਸੁੱਟ ਆਇਆ ਬਿਲਕੁਲ ਇਹ ਹਕੀਕਤ ਹੈ ਹੁਣ ਵੀ ਤੇ ਬਾਅਦ ਚ ਤੇ ਕੀ ਹਾਲ ਹੋਣਾ ਬਿਲਕੁਲ ਸੋ ਹੁਣ ਤੁਸੀਂ ਲੈ ਜਾਓ ਜੇ ਤੁਹਾਡੇ ਤੇ ਕੋਈ ਨੁਕਸ ਏ ਨੁਕਸ 50 ਹੁੰਦੇ ਨੇ ਨੁਕਸਾਂ ਦਾ ਕੋਈ ਨੀ ਇਹਦਾ ਜੀ ਮਾਸਚਰ ਘੱਟ ਏ ਇਹਦਾ ਰੰਗ ਬਦਰੰਗ ਹੋ ਗਿਆ ਜੇ ਮੀਂਹ ਪੈ ਜਾਏ ਤੇ ਕਹਿੰਦੇ ਜੀ ਇਹਦਾ ਤੇ ਡਿਸਕਲਰੇਸ਼ਨ ਹੋ ਗਈ ਹੈ ਜੀ ਇਹ ਕਣਕ ਦੀ ਚਮਕ ਨਹੀਂ ਰਹਿ ਗਈ ਇਹਦੀ ਸਟੋਰੇਜ ਕਪੈਸਿਟੀ ਘੱਟ ਗਈ ਹੈ ਠੀਕ ਤੇ ਉਹਨੂੰ ਕਹਿੰਦੇ ਭਾਈ ਨਹੀਂ ਤੇ ਲੈ ਜਾ ਹੁਣ ਲੈ ਕੇ ਕਿੱਥੇ ਲੈ ਜੂਗਾ ਬਿਲਕੁਲ ਸੋ ਇਹ ਬਿਲਕੁਲ ਜਿੱਥੇ ਵੀ ਡੂਅਲ ਸਿਸਟਮ ਏ ਉੱਥੇ ਹਮੇਸ਼ਾ ਪ੍ਰਾਈਵੇਟ ਸਿਸਟਮ ਜਿਹੜਾ ਉਹ ਤਰੱਕੀ ਕਰਦਾ ਸਰਕਾਰੀ ਸਿਸਟਮ ਜਿਵੇਂ ਸਰਕਾਰੀ ਸਕੂਲ ਬਦਹਾਲੀ ਚ ਚਲੇ ਗਏ ਨੇ ਪ੍ਰਾਈਵੇਟ ਸਕੂਲ ਤਾਂ ਉਹਨੂੰ ਚਲੇ ਗਏ ਨੇ ਲੇਕਿਨ ਸਵਾਲ ਇਹ ਨਹੀਂ ਵੀ ਉਹ ਚੰਗੇ ਨੇ ਸਵਾਲ ਇਹ ਵੀ ਉੱਥੇ ਆਮ ਆਦਮੀ ਦੀ ਪਹੁੰਚ ਤੋਂ ਉਹ ਬਾਹਰ ਹੋ ਜਾਂਦੇ ਨੇ ਸੋ ਇਹ ਸਰਕਾਰ ਦਾ ਮਨਸ਼ਾ ਕੀ ਏ ਅਲਟੀਮੇਟ ਮਨਸ਼ਾ ਇਹ ਆ ਬਾਰਾਂ ਨੀਤੀਵਾਨਾਂ ਹੁਕਮਰਾਨਾਂ ਅਫਸਰਸ਼ਾਹੀਆਂ ਇਹ ਜੀ ਐਮ ਐਸ ਪੀ ਤੇ ਜਿਹੜੀ ਖਰੀਦ ਏ ਇਹ ਸਰਕਾਰ ਨੇ ਬੰਦ ਕਰਨੀ ਹੈ
ਐਫ ਸੀ ਆਈ ਅਦਾਰਾ ਉਹ ਕਹਿੰਦੇ ਜੀ ਇੰਨੇ ਹਜ਼ਾਰ ਦਾ ਘਾਟਾ ਪੈ ਗਿਆ, ਇੰਨੇ ਕਰੋੜਾਂ ਦਾ ਘਾਟਾ ਪੈ ਗਿਆ ਜੀ, ਇਹਨੂੰ ਬੰਦ ਕਰਨਾ ਚਾਹੀਦਾ, ਕਿਸੇ ਵੇਲੇ ਲੋੜ ਸੀ, ਹੁਣ ਤੇ ਦੇਸ਼ ਚ ਬਹੁਤ ਅਨਾਜ ਏ, ਗੋਦਾਮ ਭਰੇ ਨੇ, ਭਾਈ ਭਲਿਓ ਲੋਕੋ ਤੁਸੀਂ ਇਹਨੂੰ ਕਰ ਦਿਓ ਬੰਦ, ਕੋਈ ਗੱਲ ਨਹੀਂ। ਤੁਹਾਨੂੰ ਇਹ ਵੀ ਤੇ ਵੇਖਣਾ ਪਏਗਾ ਵੀ ਇਹਨਾਂ ਦਾ ਲੋਕਾਂ ਤੇ ਅਸਰ ਕੀ ਪਏਗਾ ਜੀ, ਤੇ ਕਿਉਂ ਇਹ ਐਸ ਸੀ ਆਈ ਘਾਟੇ ਤੇ ਜਾ ਰਹੀ ਹੈ, ਉਹਨੂੰ ਕੋਈ ਸੁਣਨ ਨੂੰ ਤਿਆਰ ਨਹੀਂ। ਮੈਂ ਦੇਸ਼ ਦੇ ਗਰੀਬ ਵਰਗ, ਦੇਸ਼ ਦੇ 50% ਲੋਕ ਬੇਜ਼ਮੀਨੇ, ਮੈਂ ਉਹਨਾਂ ਦੇ ਹੱਕ ਚ ਹਾਂ, ਲੇਕਿਨ ਹੈ ਕੀ ਹੈ, 18-19 ਰੁਪਈਏ ਕਿਲੋ ਕਣਕ ਖਰੀਦ ਕੇ ਤੇ ਰਾਸ਼ਨ ਚ ਦੇਣੀ ਉਹਨਾਂ ਨੇ 2 ਰੁਪਈਏ ਕਿਲੋ ਜਾਂ 1 ਰੁਪਈਆ ਕਿਲੋ, ਉਹ ਵੀ ਅੱਧੀ ਰਾਹ ਚ ਖੁਰਦ ਬੁਰਦ ਹੋ ਜਾਣੀ ਹੈ ਜੀ, ਤੇ ਪਈ ਫਿਰ ਘਾਟਾ ਐਫ ਸੀ ਆਈ ਨੂੰ ਹੈ ਕਿ ਘਾਟੇ ਤੁਹਾਡੀ ਵਿਵਸਥਾ ਨੂੰ ਹੈ, ਦੇਣਾ ਕਿਉਂ ਹੈ ਉਹਨਾਂ ਨੂੰ, ਇਹ ਨੀ ਵੀ ਉਹਨਾਂ ਦੀ ਹਮਦਰਦੀ ਹੈ, ਉਹ ਉਹਨਾਂ ਕੋਲ ਵੋਟਾਂ ਲੈਣੀਆਂ ਨੇ। ਹਿੰਦੁਸਤਾਨ ਚ ਹੌਲੀ ਹੌਲੀ ਪਾਰਟੀ ਕੋਈ ਵੀ ਹੋਵੇ, ਲੀਡਰ ਕੋਈ ਵੀ ਹੋਵੇ, ਇੱਕ ਸਿਸਟਮ ਬਣ ਗਿਆ, ਇੱਕ ਮੱਕੜ ਜਾਲ ਬਣ ਗਿਆ, ਲੋਕਾਂ ਨੂੰ ਮੱਕੜ ਜਾਲ ਚ ਫਸਾਇਆ ਹੋਇਆ। ਵੋਟਾਂ ਲੈਣੀਆਂ ਗਰੀਬਾਂ ਕੋਲੋਂ, ਉਹਨਾਂ ਨੂੰ ਕੀ ਕਰਨਾ, ਆਟਾ ਮੁਫ਼ਤ ਜੀ ਸਸਤਾ ਦਿਆਂਗੇ, ਦਾਲ ਸਸਤੀ ਦਿਆਂਗੇ ਜੀ, ਤੁਹਾਡੇ ਬੱਚਿਆਂ ਨੂੰ ਕੱਪੜੇ ਦਿਆਂਗੇ ਜੀ, ਹੁਣ ਉਸੇ ਲੜੀ ਚ ਆ ਜਾਂਦਾ ਸਾਈਕਲ ਵੀ ਦਿਆਂਗੇ ਜੀ, ਮਾਈ ਭਾਗੋ ਸਕੀਮ ਤੇ ਤੁਹਾਨੂੰ ਹੁਣ ਸਮਾਰਟ ਫੋਨ ਦੇਵਾਂਗੇ ਜੀ, ਪਤਾ ਨੀ ਕੀ ਕੀ। ਉਹ ਇੱਕ ਸਾਡੇ ਦੂਜੇ ਪ੍ਰਾਂਤ ਨੇ, ਉਹ ਆਉਂਦੇ ਜੀ ਸਾੜੀਆਂ ਦੇਵਾਂਗੇ ਕਿਉਂਕਿ ਸਾਡੇ ਤੇ ਸਾੜੀਆਂ ਦਾ ਰਿਵਾਜ਼ ਨਹੀਂ, ਕੋਈ ਆਉਂਦਾ ਜੀ ਪਤਾ ਨੀ ਕੀ ਕੀ। ਸਵਾਲ ਇਹ ਵੀ ਪੈਸਾ ਆਉਂਦਾ ਕਿੱਥੋਂ ਹੈ, ਕੀ ਉਹ ਪੋਲੀਟੀਸ਼ੀਅਨ ਕੋਈ ਪੋਲੀਟੀਕਲ ਪਾਰਟੀ ਆਪਣੇ ਨਿੱਜੀ ਪੈਸਿਆਂ ਚੋਂ ਪੈਸੇ ਦਿੰਦੀ ਹੈ, ਨਹੀਂ ਸਰਕਾਰ ਦੇ ਖਜ਼ਾਨੇ ਚੋਂ। ਉਹ ਆਉਂਦੇ ਵੀ ਇਹਦੇ ਤੇ ਪੈਸਾ ਲਾ ਦਿਓ, ਕੋਈ ਗੱਲ ਨੀ, ਇਹਦੇ ਨਾਲ ਤੇ ਸਾਨੂੰ ਵੋਟਾਂ ਪੱਕੀਆਂ ਹੁੰਦੀਆਂ ਨੇ। ਹਰ ਵਾਰੀ ਉਸ ਤੋਂ ਵੱਧ ਲੁਭਾਵਣੀ ਸਕੀਮ ਲਿਆਉਣੀ ਹੈ ਮੈਨੀਫੈਸਟੋ ਚ, ਮੁੜ ਕੇ ਪੂਰੀ ਕਰਨੀ ਨਹੀਂ, ਦਾਕੇ ਹੋ ਗਏ ਨੇ, ਇਹੀ ਖੇਡ ਚੱਲਦੀ। ਜੇ ਤੁਸੀਂ ਇਕਨੋਮਿਕ ਟਰਮ ਤੇ ਕਰਾਉਣਾ ਤੇ ਭਾਈ ਇਹ ਮੈਨੂੰ ਸਮਝ ਨਹੀਂ ਆਈ। ਚਲੋ ਤੁਸੀਂ ਅਨਾਜ ਵੀ ਮੁਫ਼ਤ ਦੇ ਦਿਓ, ਸਰਕਾਰ ਦਾਨੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਤੇ ਥਾਂ ਲੈਣਾ ਇਸ ਸਰਕਾਰ ਨੇ ਜੀ ਜੀ, ਤੇ ਭਾਈ ਘੱਟੋ ਘੱਟ ਜਿਹੜਾ ਉਹਦਾ ਢੋਆ ਢਵਾਈ ਦਾ ਖਰਚਾ ਉਹਦੇ ਖਰਚ ਪਾਓ। ਜਦੋਂ ਪ੍ਰਾਈਵੇਟ ਬੰਦਾ ਜਾਏਗਾ ਤੇ ਉਹ ਤੁਹਾਡਾ ਖਿਆਲ ਹੈ, ਜਿੰਨੇ ਦੀ ਜੱਟ ਕੋ ਖਰੀਦੇਗਾ ਉਸੇ ਭਾਅ ਤੇ ਤੁਹਾਨੂੰ ਵੇਚੇਗਾ, ਉਹਨੇ ਹਰ ਤਰ੍ਹਾਂ ਦਾ ਖਰਚਾ ਪਾਉਣਾ। ਹੋਰ ਤੇ ਹੋਰ ਉਹਨੇ ਜਿਹੜਾ ਵਿਗਿਆਪਨ ਦੇਣ ਲਈ ਐਕਟਰਸ ਦਾ ਹਥਿਆਰ ਛਾਪਣਾ, ਜਿਹੜੇ ਉਹਨੂੰ ਪੈਸੇ ਦੇਣੇ ਉਹ ਵੀ ਉਹਨੇ ਉੱਤੇ ਪਾਉਣੇ ਨੇ, ਬਿਲਕੁਲ ਐਕਟਰਸ ਵੀ ਖੁਸ਼, ਉਹਨੂੰ ਪੈਸੇ ਮਿਲ ਜਾਣੇ ਨੇ, ਲੋਕ ਵੀ ਖੁਸ਼, ਤਸਵੀਰਾਂ ਸੋਹਣੀਆਂ ਮਿਲਣਗੀਆਂ, ਤੇ ਕਣਕ ਦਾ ਭਾਅ ਜਿੰਨਾ ਮਰਜ਼ੀ ਹੋ ਜਾਵੇ ਕੋਈ ਗੱਲ ਨੀ। ਤੋ ਇਸ ਕਿਸਮ ਦੀ ਸੋਚ ਹੁੰਦੀ ਹੈ ਪ੍ਰਾਈਵੇਟ ਸੈਕਟਰ ਦੀ ਜੀ, ਪ੍ਰਾਈਵੇਟ ਸੈਕਟਰ ਦਾ ਆਧਾਰ ਹੀ ਨਿੱਜੀ ਪ੍ਰੋਫਿਟ ਹੈ। ਸੋ ਜਿਹੜੇ ਬੰਦੇ ਦਾ ਆਧਾਰ ਹੀ ਨਿੱਜੀ ਪ੍ਰੋਫਿਟ ਹੈ ਉਹ ਕਹਿਣਾ ਜੀ ਸੇਵਾ ਕਰਾਂਗੇ ਜੀ, ਲੋਕਾਂ ਦੀ ਅਸੀਂ ਮਦਦ ਕਰਾਂਗੇ ਜੀ, ਗਰੀਬਾਂ ਦੀ ਸਹਾਇਤਾ ਲਈ ਆ ਸਕੀਮ ਘੜ ਦਿੱਤੀ ਹੈ, ਬਿਲਕੁਲ ਲੋਕਾਂ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਈ ਇਹ ਇੱਕ ਜਿਹੜਾ ਮੱਕੜ ਜਾਲ ਹੈ, ਨੋਟ ਭ੍ਰਿਸ਼ਟਾਚਾਰ ਰਾਹੀਂ ਲਓ, ਉੱਪਰਲਿਆਂ ਕੋਲੋਂ ਲਓ, ਸਰਮਾਏਦਾਰਾਂ ਕੋਲ ਲਓ, ਵੱਡਿਆਂ ਵੱਡਿਆਂ ਕੋਲ ਲਓ, ਜਿਹਨਾਂ ਨੂੰ ਤੁਸੀਂ ਇੰਨੇ ਫਾਇਦੇ ਪਹੁੰਚਾਉਣੇ ਨੇ, ਉਹ ਤੁਹਾਡੀ ਇਲੈਕਸ਼ਨ ਲੜ ਦੇਣਗੇ, ਹਜ਼ਾਰਾਂ ਕਰੋੜਾਂ ਰੁਪਈਏ ਦੇ ਦੇਣਗੇ ਤੁਹਾਨੂੰ, ਤੇ ਵੋਟ ਉਹਦੇ ਨਾਲ ਥੱਲਿਓਂ ਖਰੀਦ ਲਓ, ਤੇ ਬਾਕੀ ਜਿਹੜੇ ਕੋਈ ਮਾੜੇ ਮੋਟੇ ਚੇਤਨ ਲੋਕ ਨੇ ਉਹਨਾਂ ਨੂੰ ਕਹੀ ਜਾਓ ਕੋਈ ਨਾ ਕੋਈ ਉਹਨਾਂ ਤੇ ਲਾ ਦਿਓ ਲੇਬਲ, ਇਹ ਦੇਸ਼ ਧਰੋਈ ਨੇ, ਇਹ ਜੀ ਪਿਛਾਂ ਖਿੱਚੂ ਨੇ, ਇਹਨਾਂ ਨੂੰ ਤੇ ਪ੍ਰਗਤੀਸ਼ੀਲ ਨਹੀਂ, ਇਹਨਾਂ ਨੂੰ ਤੇ ਪਤਾ ਹੀ ਨਹੀਂ, ਇਹ ਤੇ ਜੀ ਖੁੱਲ ਹੋਣੀ ਚਾਹੀਦੀ ਹੈ ਜੀ, ਆਜ਼ਾਦੀ ਹੋਣੀ ਚਾਹੀਦੀ ਹੈ ਜੀ, ਆਜ਼ਾਦੀ ਹੋਣੀ ਚਾਹੀਦੀ ਹੈ ਲੁੱਟਣ ਵਾਲਿਆਂ ਨੂੰ ਲੁੱਟਣ ਦੀ, ਤੇ ਤੁਹਾਨੂੰ ਚੁੱਪ ਕਰੋ ਤੁਸੀਂ ਲੁੱਟੇ ਜਾਓ, ਇਹ ਆਜ਼ਾਦੀ ਤੁਹਾਨੂੰ ਦਿੱਤੀ ਜਾ ਰਹੀ ਹੈ ਜੀ। ਸੋ ਇਹ ਸਾਰਾ ਹਿੱਲ ਗਿਆ, ਸਾਰਾ ਪੰਜਾਬ, ਸਾਰਾ ਦੇਸ਼, ਸਾਰਾ ਹਰਿਆਣਾ ਜਿਹੜਾ ਹਿੱਲਿਆ ਪਿਆ। ਸੋ ਮੈਂ ਸਮਝਦਾ, ਇੱਕ ਮੈਨੂੰ ਹੁਣ ਨਾਂ ਤੇ ਨਹੀਂ ਜਾਂਦਾ, ਕਿਸੇ ਮੱਧ ਕਾਲ ਦੇ ਵਿੱਚ ਇੱਕ ਅੰਗਰੇਜ਼ੀ ਦੇ ਕਿਸੇ ਸ਼ਾਇਰ ਦੀ ਜਾਂ ਪੋਇਟ ਸਾਹਿਬ ਦੀ ਕੋਈ ਕਵਿਤਾ ਸੀ ਕਿ ਪ੍ਰੈਜ਼ੈਂਟਰੀ ਜਦੋਂ ਇੱਕ ਵਾਰੀ ਤਬਾਹ ਹੋ ਜਾਂਦੀ ਹੈ ਕਿਸੇ ਦੇਸ਼ ਦੀ, ਦੁਬਾਰਾ ਨਹੀਂ ਸਿਰਜੀ ਜਾ ਸਕਦੀ। ਇਹ ਉਹ ਹਾਲਾਤ ਨੇ ਜਦੋਂ ਮੱਧ ਕਾਲ ਦੇ ਵਿੱਚ ਯੂਰਪ ਦੀ ਪ੍ਰੈਜ਼ੈਂਟਰੀ, ਖਾਸ ਕਰਕੇ ਜਰਮਨ ਪ੍ਰੈਜ਼ੈਂਟਰੀ ਤਬਾਹ ਹੋਈ ਸੀ ਇੰਡਸਟਰੀਲਾਈਜੇਸ਼ਨ 'ਚ ਉਸ ਵੇਲੇ ਦਾ ਕਿਸੇ ਨੇ। ਸੋ ਮੈਂ ਸਮਝਦਾ ਕਿ ਭਾਈ ਇਹਦਾ ਹੁਣ ਹੱਲ ਕੀ ਹੋਣਾ। ਇਹੀ ਨਹੀਂ, ਵੱਡੇ ਕੰਟਰੈਕਟ ਫਾਰਮਿੰਗ ਦਾ ਇੱਕ ਹੋਰ ਵੀ ਅਸਰ ਬੜੇ ਭੈੜੇ ਪੈਣ ਵਾਲੇ ਨੇ। ਕੀ ਅਸਰ ਭੈੜੇ ਪੈਣ ਵਾਲੇ ਨੇ, ਅਸੀਂ ਲੈ ਲੈਂਦੇ ਹਾਂ ਸਾਡੇ ਮਾਹਰ ਐਕਸਪਰਟਸ, ਬੜੇ ਬੜੇ ਉੱਚ ਕੋਟੀ ਦੇ ਵਿਦਵਾਨ, ਇਕਨੋਮਿਸਟ ਅਮਰੀਕਾ ਦਾ, ਆਸਟ੍ਰੇਲੀਆ ਦਾ, ਇਹਨਾਂ ਦੇਸ਼ਾਂ ਦੇ ਮਾਡਲ ਲੈ ਕੇ ਉੱਥੇ ਲਾ ਦਿੰਦੇ ਨੇ। ਭਾਈ ਅਮਰੀਕਾ ਕੋਲ, ਆਸਟ੍ਰੇਲੀਆ ਕੋਲ ਕਿੰਨਾ ਵਿਸ਼ਾਲ ਰਕਬਾ, 1.5-2% ਲੋਕ ਸਿੱਧੇ ਤੌਰ ਤੇ ਖੇਤੀ ਤੇ ਨਿਰਭਰ ਨੇ, ਖੇਤੀ ਤੇ ਕੰਮ ਕਰਦੇ ਨੇ।
ਸਾਡੇ ਇਸ ਵੇਲੇ ਸਰਕਾਰ ਦੇ ਆਪਣੇ ਅੰਕੜੇ ਨੇ ਕਿ 41% ਤੋਂ ਵੱਧ ਲੋਕ ਜਿਹੜੇ ਨੇ ਉਹ ਖੇਤੀ ਚ ਕੰਮ ਕਰਦੇ ਨੇ ਤੇ ਨਿਰਭਰਤਾ ਲਗਭਗ 50-60-70% ਵੀ ਹੈ। ਉਹਨਾਂ ਸਾਰਿਆਂ ਨੂੰ ਜੇ ਇਹਨਾਂ ਦਾ ਨਿਸ਼ਾਨਾ ਇਹ ਵੀ ਦੇਸ਼ ਦੀ ਤਰੱਕੀ ਤਾਂ ਹੋਏਗੀ ਜੇ ਇੰਡਸਟਰੀਲਾਈਜੇਸ਼ਨ ਹੋਏਗਾ, ਜੇ ਸਰਵਿਸ ਸੈਕਟਰ ਵਧੇਗਾ, ਤੇ ਖੇਤੀ ਚੋਂ ਲੋਕਾਂ ਨੂੰ ਕੱਢੋ, ਕੱਢ ਦਿਓ ਭਾਈ। ਪਰ ਉਹਨਾਂ ਨੂੰ ਕਰਾਓਗੇ ਕੀ? ਤੁਹਾਡੇ ਕੋਲ ਕੰਮ ਦੇਣ ਲਈ ਹੈ ਨੀ, ਇੰਡਸਟਰੀ ਤੁਹਾਡੇ ਕੋਲ ਹੈ ਨੀ, ਅਨਇੰਪਲਾਇਮੈਂਟ ਇਸ ਵੇਲੇ ਤੁਹਾਡੀ ਹਾਈਐਸਟ ਹੈ ਪਿਛਲੇ ਕਈ ਦਹਾਕਿਆਂ ਤੋਂ, ਜਦੋਂ ਦਾ ਦੇਸ਼ ਬਣਿਆ ਸ਼ਾਇਦ ਇੰਨੀ ਬੇਰੁਜ਼ਗਾਰੀ ਹੈ ਨੀ। ਸ਼ਹਿਰ ਤੁਹਾਡੇ ਜਿਹੜੇ ਨੇ ਉੱਥੇ ਸਲੰਮਸ ਦੀ ਗਿਣਤੀ ਵੱਧ ਗਈ ਹੈ ਦੂਜਿਆਂ ਨਾਲੋਂ, ਤੇ ਇਹਨਾਂ ਲੋਕਾਂ ਨੂੰ ਜਦੋਂ ਪਿੰਡ ਦੇ ਵਿੱਚ ਉਹ ਠੇਕੇ ਦੇ ਉਹਨਾਂ ਬੜਾ ਸੌਖਾ ਲੱਗੇਗਾ ਉਹਨੂੰ, ਉਹ ਕਹੇਗਾ ਯਾਰ ਕੀ ਕਰਨਾ, ਧੱਕੇ ਖਾਂਦੇ ਹਾਂ, 50-60 ਹਜ਼ਾਰ ਕਿੱਲੇ ਦਾ ਮਿਲਦਾ, ਸ਼ਾਇਦ ਕੰਪਨੀ ਵਾਲੇ 70 ਹੀ ਦੇ ਦੇਣ ਤੇ ਆਪਾਂ ਕੋਈ ਹੋਰ ਕੰਮ ਕਰ ਲਾਂਗੇ। ਉਹ ਹੋਰ ਕੰਮ ਜਿਹੜਾ ਮੈਨੂੰ ਤਾਂ ਸਮਝ ਨੀ ਆਉਂਦੀ, ਉਹ ਹੋਰ ਕੀ ਹੋਏਗਾ, ਕੀ ਹੋ ਸਕਦਾ? ਹੋਰ ਹੋਏਗੀ ਬੇਰੁਜ਼ਗਾਰੀ, ਜੀ ਜੀ, ਹੋਰ ਹੋਏਗਾ ਤੁਹਾਡੇ ਸ਼ਹਿਰੀ ਸਹੂਲਤਾਂ ਤੇ ਹੋਰ ਪ੍ਰੈਸ਼ਰ। ਸਕੂਲ ਕਾਲਜ ਪੀਣ ਦਾ ਪਾਣੀ ਅੱਗੇ ਨਹੀਂ, ਅਭਿਆਨ ਕੋਈ ਚਲਾ ਲਿਓ ਫਿਰ, ਹੁਣ ਸਵੱਛਤਾ ਅਭਿਆਨ ਨੇ, ਫਿਰ ਕੋਈ ਸਰਵ ਸਵੱਛਤਾ ਅਭਿਆਨ ਚਲਾ ਲਿਓ। ਹਾਲਤ ਤੇ ਸਾਡੇ ਸ਼ਹਿਰਾਂ ਦੀ ਜੋ ਹੈ ਸਾਰਿਆਂ ਨੂੰ ਪਤਾ ਜੀ ਜੀ। ਤੋਂ ਇਹਦੇ ਜਿਹੜੀਆਂ ਸੋਸ਼ਲ ਇੰਪਲੀਕੇਸ਼ਨ ਨੇ, ਇਹਦੇ ਜੋ ਬਾਕੀ ਖੇਤਰਾਂ ਤੇ ਕੀ ਅਸਰ ਪੈਣਾ ਹੈ, ਦੇਖੋ ਮਾਲ ਆਏ ਯੂਰਪ ਚੋਂ, ਇੱਥੋਂ ਵੇਖ ਕੇ ਸਾਰੇ ਲੋਕਾਂ ਨੇ ਚਲੇ ਗਏ, ਠੀਕ ਹੈ ਜੀ, ਚੰਗਾ ਜੀ, ਹੁਣ ਪ੍ਰਗਤੀ ਹੋਣੀ ਹੈ ਤੇ ਮਾਲਾਂ 'ਚ ਹੀ ਹੋਣੀ ਹੈ। ਲੇਕਿਨ ਉਹਦੇ ਨਾਲ ਕੀ ਹੋਇਆ, ਛੋਟਿਆਂ ਟਾਊਨਾਂ 'ਚ, ਕਸਬਿਆਂ 'ਚ, ਛੋਟਿਆਂ ਸ਼ਹਿਰਾਂ 'ਚ, ਪਿੰਡਾਂ ਦਾ ਵਪਾਰੀ ਖਤਮ ਹੁੰਦਾ ਜਾ ਰਿਹਾ। ਇਹੋ ਹਾਲ ਜਦੋਂ ਹੁਣ ਬਹੁਤ ਵੱਡੇ ਵੱਡੇ ਸਿੱਲੋ ਬਣਨਗੇ, ਜਿਹਦੇ ਗੋਦਾਮ 'ਚ ਲੱਖ ਟਨ ਉਹਨਾਂ ਨੇ ਰੱਖ ਲੈਣੀ ਹੈ ਇਕੱਠੀ ਕਣਕ, ਜਾਂ ਜਿੰਨੇ ਬਾਕੀ ਵਪਾਰੀ ਨੇ, ਮਿਸਤਰੀ ਨੇ, ਪੱਲੇਦਾਰ ਨੇ, ਆੜਤੀ ਨੇ, ਇਹ ਸਾਰੇ ਤਾਂ ਵਿਹਲੇ ਹੋ ਜਾਣਗੇ। ਬਿਲਕੁਲ, ਪਰ ਕਰਨਗੇ ਕੀ ਇਹ, ਮੈਨੂੰ ਨੀ ਸਮਝ ਆਉਂਦੀ। ਹਾਂ, ਭਜਨ ਬੰਦਗੀ ਚ ਜੇ ਸਮਾਂ ਲਾ ਸਕਣ ਤਾਂ ਬੜੀ ਚੰਗੀ ਗੱਲ ਹੈ, ਪਰ ਕੱਲੀ ਭਜਨ ਬੰਦਗੀ ਨਾਲ ਜੇ ਪੇਟ ਭਰਦਾ ਹੁੰਦਾ ਤੇ ਸ਼ਾਇਦ ਭੁੱਖਮਰੀ ਦੁਨੀਆਂ ਚ ਹੁੰਦੀ ਨਾ ਕਦੀ। ਬਿਲਕੁਲ। ਸੋ ਦੋਸਤੋ, ਮੈਂ ਤੇ ਤੁਹਾਨੂੰ ਇਹੀ ਕਹਾਂਗਾ ਕਿ ਬਈ ਇਹ ਬੜੀ ਹਾਲਾਤ ਖਰਾਬ ਏ, ਹੁਣ ਕੀ ਹੋਏਗਾ, ਕਿਵੇਂ ਨਹੀਂ ਹੋਏਗਾ। ਕਿਸਾਨ ਸੰਘਰਸ਼ ਕਰ ਰਹੇ ਨੇ, ਕਿਸਾਨ ਬੀਬੀਆਂ ਸੜਕਾਂ ਤੇ ਨੇ, ਕਿਸਾਨ ਦਾ ਬੱਚਾ ਸੜਕਾਂ ਤੇ ਆ ਰਿਹਾ, ਬੁੱਧੀਜੀਵੀ ਆ ਰਹੇ ਨੇ। ਅੱਜ ਦੀ ਖਬਰ ਏ ਕਿ 125 ਐਜੂਕੇਸ਼ਨਿਸਟ ਨੇ ਕੱਲ ਬਿਆਨ ਦਿੱਤਾ ਕਿ ਅਸੀਂ ਕਿਸਾਨਾਂ ਦੇ ਹੱਕ ਚ ਹਾਂ। ਹੋਰ ਵੀ ਲੋਕ ਜਿਹੜੇ ਨੇ, ਜਿਹੜੇ ਉਹਨਾਂ ਚੋਂ ਜਾਗਰੂਕ ਨੇ, ਚੇਤਨ ਨੇ, ਜਿਹੜੇ ਸਮਝਦੇ ਨੇ ਕਿ ਇਹਨੂੰ ਇਹ ਕਰ ਲੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਹੋਏ ਕੀ ਅੱਗੋਂ, ਕੀ ਹੋਏ, ਖੇਤੀ ਦਾ ਬਣੇ ਕੀ? ਕਿਉਂਕਿ ਬਾਹਰ ਕਹਿੰਦੇ ਜੀ ਖੇਤੀ ਭਿੰਨਤਾ, ਖੇਤੀ ਭਿੰਨਤਾ। ਭਾਈ, ਖੇਤੀ ਭਿੰਨਤਾ ਜੁੜਦੀ ਏ ਜੇ ਤੁਸੀਂ ਜਿਹੜੀ ਫਸਲ ਉਗਾਉਂਦੇ ਹੋ ਉਹਦਾ ਕੋਈ ਕਾਰ ਹੋਵੇ, ਉਹਨੂੰ ਕੋਈ ਵਰਤਣ ਵਾਲਾ ਹੋਵੇ। ਬਿਲਕੁਲ। ਸੋ ਇਸ ਤਰ੍ਹਾਂ ਦੀ ਸਥਿਤੀ ਹੈ ਵੀ ਜਿਹੜੇ ਸਾਡੇ ਅਦਾਰੇ ਸਨ ਉਹ ਅਸੀਂ ਹੌਲੀ ਹੌਲੀ ਖਤਮ ਕਰ ਲੈਣਾ। ਹਰ ਖੇਤਰ ਦਾ ਇਹੋ ਹਾਲ ਹੋ ਰਿਹਾ ਕਿ ਜੋ ਹੈ ਉਹਨੂੰ ਖਤਮ ਕਰੋ, ਨਵਾਂ ਉਹਦੇ ਚ ਲਾ ਲਓ। ਨਵਾਂ ਜਿਹੜਾ ਹੁਣ ਡੀਮੋਨੇਟਾਈਜੇਸ਼ਨ ਦੀ ਗੱਲ ਤੇ ਹੁਣ ਕੋਈ ਇੱਥੇ ਕਰਦਾ ਨੀ ਹਿੰਦੁਸਤਾਨ ਚ, ਪਰ ਉਦੋਂ ਦੱਸਿਆ ਗਿਆ ਸੀ ਸਾਨੂੰ ਕਿ ਇਹਦੇ ਨਾਲ ਜੀ ਅੱਤਵਾਦ ਖਤਮ ਹੋ ਜਾਏਗਾ, ਇਹਦੇ ਨਾਲ ਜੀ ਜਿਹੜੀ ਜਾਲੀ ਕਰੰਸੀ ਛਾਪਦੀ ਉਹ ਘੱਟ ਜਾਏਗੀ, ਇਹਦੇ ਨਾਲ ਜੀ ਬਲੈਕ ਮਾਰਕੀਟ ਘੱਟ ਜਾਏਗੀ। ਤੇ ਹੁਣ ਵਿੱਚ ਖਬਰਾਂ ਵੀ ਆਉਂਦੀਆਂ ਜੇ ਕਿਤੇ ਤੁਹਾਨੂੰ ਪੜ੍ਹੋ ਤੇ ਜਾਲੀ ਕਰੰਸੀ ਜਿਹੜੀ ਹੈ ਉਹ ਘਟੀ ਨਹੀਂ ਸਗੋਂ ਵਧੀ ਹੈ, ਨਵੇਂ ਨੋਟ ਜਿੰਨਾ ਚ ਆਪਾਂ ਸੀ ਵੀ ਇਹਦੇ ਚ ਆਹ ਚੀਜ਼ਾਂ ਨੇ। ਸੋ ਭਾਵ ਇਹ ਕਹਿਣ ਦਾ ਵੀ ਬਿਨਾਂ ਇਸ ਲਈ ਕਿ ਚੀਜ਼ ਨਵੀਂ ਚਾਹੀਦੀ ਹੈ, ਉਹ ਮੈਂ ਨਹੀਂ ਸਮਝਦਾ ਕਿ ਇਹ ਆਪਣੇ ਆਪ ਦੇ ਵਿੱਚ ਕੋਈ ਚੰਗਾ ਬਦਲ ਆਉਣਾ ਚਾਹੀਦਾ। ਹਰ ਚੀਜ਼ 'ਚ ਆਉਂਦਾ, ਕੁਦਰਤ ਦਾ ਨਿਯਮ ਹੈ, ਬਦਲਣਾ ਚਾਹੀਦਾ। ਮਨੁੱਖ ਨੇ ਤਰੱਕੀ ਕਰਨੀ ਹੈ, ਕੀਤੀ ਹੈ, ਬੜੇ ਸਮਿਆਂ ਤੋਂ ਸਦੀਆਂ ਤੋਂ ਲੱਗੀਆਂ ਨੇ, ਲੇਕਿਨ ਇਸ ਤਰ੍ਹਾਂ ਨਹੀਂ ਕਿ ਅੱਧਾ ਦੌੜ ਤੇ ਪਿੱਛਾ ਚੌੜ ਤੇ ਹੁਣ ਵਾਲੇ ਨੂੰ ਜੋ ਕਰਾਂਗਾ ਖਤਮ, ਅਗਲਾ ਫਿਰ ਸਾਜ ਕੇ ਵੇਖਾਂਗੇ। ਸੋ ਬਾਕੀ ਜਿਹੜੇ ਮਾਹਰ ਤੇ ਵਿਦਵਾਨ ਨੇ, ਮਾਹਰ ਨੇ, ਹਾਕਮਾਂ ਨੂੰ ਤੇ ਕਹਿਣਾ ਕੀ ਹੈ, ਇਹ ਸਮਝਦੇ ਹੀ ਨਹੀਂ। ਮੈਂ ਤੇ ਭਾਈ ਦੇਸੀ ਜਿਹਾ ਬੰਦਾ, ਪਿੰਡ ਨਾਲ ਜੁੜਿਆ, ਮੈਨੂੰ ਪਤਾ ਸਭ ਤੋਂ ਵਧੀਆ ਮੱਝ ਜਿਹੜੀ ਹੈ ਉਹ ਉਸ ਬੀਬੀ ਦੀ ਹੁੰਦੀ ਹੈ ਜਿਹੜੀ ਸਵੇਰੇ ਸ਼ਾਮ ਉਹਨੂੰ ਨਵਾਉਂਦੀ ਹੈ, ਠੀਕ, ਤੇ ਆਪ ਪੱਠੇ ਪਾਉਂਦੀ ਹੈ, ਠੀਕ। ਕਿਸੇ ਖੇਤੀ ਫਾਰਮ ਦੀਆਂ ਜਿਹੜੀਆਂ ਮੱਝਾਂ ਜੇਦਾਂ ਉਹ ਵੇਖਣ ਨੂੰ ਬੜਾ ਚੰਗਾ ਲੱਗਦਾ, ਮਾਡਰਨ ਖੇਤੀ ਫਾਰਮ, ਉਹ ਭਾਈ ਦੂਜੇ ਚੌਥੇ ਪੰਜਵੇਂ ਸੂਏ ਉਹਨੂੰ ਨਕਾਰਾ ਸਮਝ ਕੇ ਤੇ ਬਾਹਰ ਹੀ ਕਰਨਾ ਪੈਂਦਾ। ਸੋ ਖੇਤੀ ਫਾਰਮ ਨੂੰ ਬੜਾ ਇੱਥੇ ਕੋਸ਼ਿਸ਼ ਕੀਤੀ, ਨਵੀਆਂ ਦੋਗਲੀਆਂ ਗਾਵਾਂ ਦੀ ਵੀ ਕੀਤੀ, ਕੋਈ ਤਜਰਬੇ ਕਾਮਯਾਬ ਰਹੇ, ਕੋਈ ਤਜਰਬੇ ਨਾ ਕਾਮਯਾਬ ਰਹੇ।
ਸੋ ਹੋਰ ਇੱਕ ਤੁਹਾਨੂੰ ਦੱਸ ਦਿੰਦਾ, ਸਾਡੇ ਇੱਥੇ ਬੜੀ ਖੇਤੀ ਭਿੰਨਤਾ ਦਾ ਹੁੰਦਾ ਕਿ ਪਾਲੀ ਹਾਊਸ ਚ ਖੇਤੀ ਕਰੋ, ਬੜੀ ਚੰਗੀ ਗੱਲ ਹੈ ਵੇਖਣ ਨੂੰ ਲੱਗਦਾ। ਉਹ ਜੀ ਇਟਲੀ ਚ ਪਾਲੀ ਹਾਊਸ ਬਣ ਗਏ, ਹਾਲੈਂਡ ਸਾਰਾ ਪਾਲੀ ਹਾਊਸ ਚ ਬਣਾ ਲਿਆ, ਅਮਰੀਕਾ ਚ ਉੱਥੇ ਬਣ ਗਿਆ। ਉਹ ਭਾਈ ਆਪਾਂ ਪਹਿਲਾਂ ਦੇਸ਼ ਦੀ ਓਵਰਆਲ ਦ੍ਰਿਸ਼ਟਾ ਵੇਖ ਲਈਏ। ਸਾਡਾ ਦੇਸ਼ ਇੰਨੀ ਖੇਤੀ ਭਿੰਨਤਾ ਭਾਈ, ਜਦੋਂ ਪੰਜਾਬ ਦੇ ਵਿੱਚ ਕੱਕਰ ਪੈਂਦਾ ਹੁੰਦਾ ਤੇ ਭੋਪਾਲ ਲੰਘ ਜਾਓ ਤੇ ਕਮੀਜ਼ ਲਾਹਣ ਨੂੰ ਜੀ ਕਰਦਾ। ਭਾਵ ਜਿਹੜੀ ਚੀਜ਼ ਉਸ ਵੇਲੇ ਉੱਥੇ ਹੋਏਗੀ ਇੱਥੇ ਨਹੀਂ ਹੁੰਦੀ, ਜਿਹੜੀ ਇੱਥੇ ਹੁੰਦੀ ਉੱਥੇ ਨਹੀਂ ਹੁੰਦੀ। ਤੇ ਚਲੋ ਦੇਸ਼ ਦੀ ਤਰੱਕੀ ਹੈ, ਸੜਕਾਂ ਵੀ ਕੁਝ ਅੱਗੇ ਨਾਲ ਚੰਗੀਆਂ ਬਣ ਗਈਆਂ ਨੇ, ਤੁਸੀਂ ਪਾਲੀ ਹਾਊਸ ਕੋਈ ਸਬਜ਼ੀ ਉਗਾ ਲਈ। ਦੂਜੇ ਬੰਦੇ ਨੇ ਭੋਪਾਲ ਤੋਂ ਪਰਾਂ ਕਾਨਪੁਰ ਦੇ ਕੋਲ ਉਗਾਈ, ਭਾਅ ਤੁਹਾਡਾ ਚੰਡੀਗੜ੍ਹ ਚ ਜ਼ਿਆਦਾ, ਉਹ ਰਾਤ ਨੂੰ ਹੀ 10 ਟਰੱਕ ਚੁੱਕੇਗਾ, ਲਿਆ ਸੁੱਟੇਗਾ, ਤੁਸੀਂ ਪਾਲੀ ਹਾਊਸ ਵਾਲੇ ਬੈਠੇ ਰਹੋ। ਪਾਲੀ ਹਾਊਸ ਅੱਜ ਤੱਕ ਉਗਿਆ ਕੀ ਹੈ ਇੱਥੇ? ਸ਼ਿਮਲਾ ਮਿਰਚਾਂ ਰੰਗਦਾਰ ਤੇ ਟਮਾਟਰ ਤੇ ਖੀਰਾ, ਚੌਥੀ ਫਸਲ ਅੱਜ ਤੱਕ ਪਾਲੀ ਹਾਊਸ ਚ ਇੱਥੇ ਨਹੀਂ ਹੋਈ, ਲੋੜ ਹੀ ਨਹੀਂ ਮੇਰੇ ਹਿਸਾਬ ਨਾਲ। ਇਹ ਮਾਹਰਾਂ ਦਾ ਇੱਕ ਸ਼ੌਕ ਹੈ, ਕੋਈ ਚੰਗੀ ਚੀਜ਼ ਕਿਤੇ ਦੁਨੀਆਂ ਦੀ ਵੇਖ ਲਓ ਬਿਨਾਂ ਇਹ ਸੋਚਿਆ। ਹੁਣ ਹਾਲੈਂਡ ਚ ਲੋੜ ਹੈ ਜਿੱਥੇ ਬਰਫਾਂ ਪੈਣੀਆਂ ਨੇ, ਇਟਲੀ ਚ ਲੋੜ ਹੈ ਜਿੱਥੇ ਬਹੁਤ ਲੰਮੀ ਠੰਡ ਹੋਣੀ ਹੈ। ਮੈਂ ਨਹੀਂ ਆਂਦਾ ਵੀ ਨਾ ਕਰੋ, ਕਰੋ, ਲੇਕਿਨ ਸਵਾਲ ਇਹ ਵੀ ਦੇਸ਼ ਤੁਹਾਡਾ ਐਡਾ ਵੱਡਾ ਵੀ ਨਹੀਂ ਤੇ ਇੰਨਾ ਛੋਟਾ ਵੀ ਨਹੀਂ, ਬੜੀ ਇਹਦੇ ਚ ਕਲਾਈਮੇਟ ਦੀ ਤੇ ਲੈਂਡ ਦੇ ਵਿੱਚ ਬੜੀ ਵੇਰੀਏਸ਼ਨ ਹੈ। ਸੋ ਸਾਨੂੰ ਇਹ ਚਾਹੀਦਾ ਕਿ ਜਿਹੜੀ ਚੀਜ਼ ਜਿੱਥੇ ਹੋ ਸਕਦੀ ਹੈ ਉੱਥੇ ਉਹਨੂੰ ਉਗਾਈਏ ਤੇ ਉਹਨੂੰ ਲਿਆਈਏ। ਸੋ ਮੈਂ ਤੇ ਸਿੱਧਾ ਹੀ ਸਮਝਣਾ ਕਿ ਕਹੇ ਜਾਂਦੇ ਨੇ ਕਿ ਪੰਜਾਬ ਨੂੰ ਖੇਤੀ ਭਿੰਨਤਾ ਨਹੀਂ, ਪੰਜਾਬ ਦੇ ਲੋਕ ਤਾਂ ਖੇਤੀ ਆਪ ਕਰਨਾ ਹੀ ਨਹੀਂ ਚਾਹੁੰਦੇ, ਸਾਡੇ ਨੌਜਵਾਨ ਪੀੜ੍ਹੀ ਤੇ ਬਹੁਤ ਸਾਰੀ ਵਿਦੇਸ਼ਾਂ ਨੂੰ ਪੂਰੀ ਜਾ ਰਹੀ ਹੈ। ਸੋ ਸਾਡੇ ਕੋਲ ਤਾਂ ਨੈੱਟ ਘਾਟ ਹੈ ਕਾਮਿਆਂ ਦੀ, ਸਾਨੂੰ ਇੱਥੇ ਸਬਜ਼ੀਆਂ ਉਗਾਉਣ ਲਾਉਣਾ ਤੇ ਸਾਡੀ ਪਲੈਨਿੰਗ ਚ ਮੈਨੂੰ ਤਾਂ ਫਿੱਟ ਨਹੀਂ ਜਾਪਦੀ। ਸਾਨੂੰ ਸਬਜ਼ੀਆਂ ਉੱਥੇ ਉਗਾਉਣ ਤੇ ਤਰਜੀਹ ਦੇਣੀ ਚਾਹੀਦੀ ਹੈ, ਉਹਦੇ ਤੇ ਜ਼ੋਰ ਦੇਣਾ ਚਾਹੀਦਾ ਜਿੱਥੇ ਲੇਬਰ ਜ਼ਿਆਦਾ, ਜਿੱਥੇ ਖਾਣ ਵਾਲੇ ਜ਼ਿਆਦਾ ਨੇ, ਜਿੱਥੇ ਜ਼ਮੀਨ ਦਾ ਸਾਈਜ਼ ਬਹੁਤਾ ਹੀ ਛੋਟਾ। ਹੁਣ ਯੂਪੀ ਬਿਹਾਰ ਦੀ ਜ਼ਮੀਨ ਜਿਹੜੀ ਹੈ ਉਹ ਕਨਾਲਾਂ ਮਰਲਿਆਂ ਚ, ਜੇ ਸਾਡੀ ਏਕੜਾਂ ਤੱਕ ਪਹੁੰਚੀਏ ਚੱਲ ਇਹ ਵੀ ਪਹੁੰਚ ਜਾਏਗੀ ਹੋਰ। ਸੋ ਜਿੱਥੇ ਕਨਾਲਾਂ ਚ ਜ਼ਮੀਨ ਹੈ, ਵਿਘਿਆਂ ਚ ਜ਼ਮੀਨ ਹੈ, ਆਬਾਦੀ ਬਹੁਤ ਜ਼ਿਆਦਾ, ਤੁਸੀਂ ਉੱਥੇ ਕਿਉਂ ਨੀ ਤਰਜੀਹਾਂ ਦਿੰਦੇ? ਉੱਥੇ ਕਾਰਖਾਨਾ ਲਾ ਲਓ ਟਮਾਟਰ, ਇਹ ਤੇ ਨੀ ਵੀ ਆਪਾਂ ਬਠਿੰਡੇ ਚ ਹੀ ਟਮਾਟਰ ਲਾਉਣੇ ਨੇ? ਠੀਕ ਹੈ। ਸੋ ਇਹ ਮੈਂ ਨੀ ਕਹਿੰਦਾ ਕਿ ਬਠਿੰਡੇ ਵੀ ਲਾਓ ਜੇ ਕਿਸੇ ਨੂੰ ਕਾਮਯਾਬ ਲੱਗਦੇ ਨੇ, ਲੇਕਿਨ ਪਲੈਨਿੰਗ ਦੀ ਘਾਟ ਕੋਈ ਨੀ ਹੈ ਹੀ ਨਹੀਂ, ਕੋਈ ਵਿਜ਼ਨ ਹੈ ਨਹੀਂ। ਜਿਹੜੇ ਸਾਡੇ ਅਸੀਂ ਮਾਹਰ ਲਾਉਣੇ ਆ, ਸਾਡੇ ਅਫਸਰ ਸ਼ਾਹ ਨੇ, ਉਹ ਭਾਈ ਹਾਕਮ ਵਰਗ ਦੇ ਜਿਹੜੇ ਨੇ ਇੱਕ ਕਿਸਮ ਦੇ ਨਾਲ ਗੁਲਾਮ ਨੇ, ਖਰੀਦੇ ਹੋਏ ਨਹੀਂ, ਮੂੰਹ ਬੋਲੇ ਗੁਲਾਮ ਨੇ। ਉਹ ਗੁਲਾਮੀ ਕਰਨ ਦੀ ਉਹਨਾਂ ਨੂੰ ਰਾਟੀ ਪੈ ਗਈ ਹੈ ਕਿ ਉਹਨਾਂ ਨੇ ਗੁਲਾਮੀ ਹੀ ਕਰਨੀ ਹੈ। ਠੀਕ ਹੈ। ਸੋ ਕੋਈ ਕਿਸੇ ਨੂੰ ਕਹਿਣ ਨੂੰ ਤਿਆਰ ਨਹੀਂ ਵੀ ਮਹਾਰਾਜ ਜੀ ਆਹ ਗੱਲ ਜਿਹੜੀ ਹੈ ਇਹਨੂੰ ਇਸ ਤਰ੍ਹਾਂ ਨੀ, ਆਪਾਂ ਏਦਾਂ ਕਰ ਲਈਏ ਲੋਕਾਂ ਦਾ ਫਾਇਦਾ ਹੋਏਗਾ, ਲੋਕਾਂ ਨੀ। ਹਾਂ, ਜੇ ਉਹਨਾਂ ਨੂੰ ਕਹਿ ਦੇ ਕੋਈ ਵੋਟਾਂ ਦਾ ਫਾਇਦਾ ਹੋਏਗਾ ਫਿਰ ਤੁਹਾਡੀ ਸੁਣ ਲੈਣਗੇ, ਜੇ ਕਹੋ ਕਿ ਨਹੀਂ ਲੋਕਾਂ ਦਾ ਫਾਇਦਾ ਤੇ ਕੋਈ ਗੱਲ ਨੀ। ਔਰ ਇੱਕ ਹੋਰ ਮੈਂ ਸਮਝਦਾ ਵੀ ਸਾਡੇ ਹਾਕਮ ਸਾਰੇ ਹੀ ਭਾਈ, ਦੇਸ਼ ਤੇ ਦੁਨੀਆਂ ਤੇ ਲੜ ਰਹੀ ਹੈ ਕਰੋਨਾ ਨਾਲ, ਇਹ ਕੋਈ ਤੂਫਾਨ ਨੀ ਆ ਜਾਂਦਾ ਜੀ, ਇਹ ਐਕਟ ਜਿਹੜੇ ਨੇ ਜਾਂ ਇਹ ਰਿਫਾਰਮ ਜਿਹੜੇ ਨੇ ਤੁਸੀਂ ਸਾਲ ਦੋ ਸਾਲ ਤੋਂ ਬਾਅਦ ਕਰ ਲਿਓ ਜਦੋਂ ਹਾਲਾਤ ਸ਼ਾਂਤ ਹੋਣਗੇ। ਸੋ ਐਡਾ ਵੱਡੀ ਹੈ ਤਰਾਸ ਦੀ ਹੈ ਮਨੁੱਖਤਾ ਜੀ, ਮੈਨੂੰ ਇਹ ਕਹਿੰਦਿਆਂ ਕੋਈ ਝਿਜਕ ਨਹੀਂ ਕਿ ਦੁਨੀਆਂ ਚ ਪਹਿਲਾ ਵਿਸ਼ਵ ਯੁੱਧ ਹੋਇਆ, ਬੜੀਆਂ ਮੌਤਾਂ ਹੋਈਆਂ, ਬੜਾ ਪੇਨ ਹੋਇਆ, ਬੜੀ ਦੁਨੀਆਂ ਦੇ ਵਿੱਚ ਤਰਾਸ ਦੀ ਮਚੀ। ਦੂਜਾ ਵਿਸ਼ਵ ਯੁੱਧ ਹੋਇਆ, ਐਟਮ ਬੰਬ ਵੀ ਚੱਲੇ, ਲੱਖਾਂ ਚ ਲੋਕ ਮਰੇ, ਬਹੁਤ ਤਬਾਹੀ ਹੋਈ। ਇਹਨਾਂ ਜੇ ਮੈਂ ਵੱਡੀਆਂ ਜੰਗਾਂ ਨੂੰ ਛੱਡ ਦਿਆਂ ਤੇ ਜਿਹੜੀ ਮਨੁੱਖਤਾ ਦੀ ਛੋਟੇ ਪੱਧਰ ਦੀ ਤਰਾਸ ਸੀ ਹੈ, ਜੰਗ ਦੇ ਮੈਦਾਨ ਚ ਦੋ ਫੌਜਾਂ ਲੜਦੀਆਂ ਨੇ ਕਿਸੇ ਦਾ ਨੁਕਸਾਨ ਹੋ ਜਾਏ ਉਹ ਵੱਖਰੀ ਗੱਲ ਹੈ, ਲੇਕਿਨ ਪੀਸ ਟਾਈਮ ਦੇ ਵਿੱਚ ਜਦੋਂ ਕੋਈ ਬਾਹਰਲੀ ਆਫਤ ਨਹੀਂ, ਮਨੁੱਖਤਾ ਦੇ ਇਤਿਹਾਸ ਸਭ ਤੋਂ ਵੱਡੀਆਂ ਦੋ ਤਰਾਸ ਦੀਆਂ ਮੈਂ ਗਿਣਦਾ। ਸਿੱਖ ਇਤਿਹਾਸ ਚ ਤੇ ਅਸੀਂ ਘੱਲੂਕਾਰਾ ਇੱਕ ਤੇ ਦੋ ਕਰਦੇ ਹਾਂ, ਮੈਂ ਮਨੁੱਖਤਾ ਦੇ ਇਤਿਹਾਸ ਹੀ ਕਰਦਾ, ਇਕੱਲੇ ਸਿੱਖਾਂ ਤੱਕ ਮੈਂ ਨਹੀਂ ਇਦਾਰੇ ਨੂੰ ਸੀਮਿਤ ਕਰ ਰਿਹਾ। ਠੀਕ। ਦੋ ਤਰਾਸ ਦੀਆਂ ਨੇ ਮੈਨ ਮੇਡ, ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਪਹਿਲੀ ਤਰਾਸ ਦੀ ਸੀ 1947 ਚ ਪੰਜਾਬ ਤੇ ਬੰਗਾਲ ਦੀ ਵੰਡ, ਬੰਗਾਲ ਦੇ ਨਾਲੋਂ ਵੀ ਪੰਜਾਬ ਦੀ ਵੰਡ, ਠੀਕ, ਜਿਹਦੇ ਅਨੁਮਾਨ ਨੇ 10 ਲੱਖ ਲੋਕ ਮਰ ਗਏ,
ਕਰੋੜਾਂ ਲੋਕ ਇੱਕ ਤੋਂ ਦੂਜੀ ਥਾਂ ਗਏ, ਸਭ ਕੁਝ ਉੱਜੜ ਗਿਆ, ਸਭ ਕੁਝ ਹੋਇਆ। ਬਿਲਕੁਲ, ਬਾਕੀ ਚਲੋ ਮੌਤਾਂ ਦੀ ਗਿਣਤੀ, ਮਤਲਬ ਜੋ ਵੀ ਉਹਦੇ ਨਾਲ ਜੁੜਿਆ ਸੀ ਉਜਾੜਾ ਜੁੜਿਆ ਸੀ। ਇਹ ਕਿਹਾ ਜਾਂਦਾ ਕਿ ਇਤਿਹਾਸ ਦੁਨੀਆਂ ਚ ਏਡੀ ਵੱਡੀ ਫੋਰਸਡ ਮਾਈਗ੍ਰੇਸ਼ਨ ਜਾਂ ਐਥਨਿਕ ਕਲੀਨਜ਼ਿੰਗ ਕਦੀ ਨਹੀਂ ਹੋਈ, ਤੇ ਇਹ ਮਨੁੱਖ ਦੀ ਬਣਾਈ ਹੋਈ ਸੀ। ਆਪਾਂ ਕਹਿ ਦਿੰਦੇ ਹਾਂ ਜੀ ਵਿਦੇਸ਼ੀ ਹਾਕਮ ਸਨ, ਉਹਨੂੰ ਮੰਨ ਲਈ ਗੱਲ ਜੀ, ਉਹਨਾਂ ਦੀਆਂ ਚਾਲਾਂ ਸਨ, ਪਰ ਸਾਡੇ ਦੇਸੀਆਂ ਦਾ ਉਹਦੇ ਚ ਕੀ ਰੋਲ ਸੀ ਇਹਨੂੰ ਕਦੀ ਅਸੀਂ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ। ਜਾਂ ਸੋਚਦੇ ਹਾਂ ਤੇ ਆਪਣੀ ਆਪਣੀ ਐਨਕ ਲਾ ਲੈਂਦੇ ਹਾਂ ਵੀ ਜੀ ਉਹ ਏ ਮਾੜਾ ਸੀ ਕਿ ਬੀ ਮਾੜਾ ਸੀ, ਨਾ ਮੈਂ ਕੀ ਲੈਣੇ ਨੇ। ਠੀਕ ਹੈ, ਮੈਂ ਸਮਝਦਾ ਮੌਤਾਂ ਦੀ ਗਿਣਤੀ ਕੱਢ ਦਿਓ, ਉਜਾੜੇ ਦੀ ਗਿਣਤੀ ਕੱਢ ਦਿਓ, ਜਿਹੜੀ ਮਨੁੱਖੀ ਤਰਾਸਦੀ ਹੈ, ਮਨੁੱਖੀ ਪੀੜਾ, ਮਨੁੱਖੀ ਪੇਨ ਹੈ, ਜਿੰਨੀ ਹਿੰਦੁਸਤਾਨ ਦੇ ਵਿੱਚ ਅਪ੍ਰੈਲ ਮਈ ਜੂਨ ਚ ਹੋਈ ਹੈ, ਸ਼ਾਇਦ ਦੁਨੀਆਂ ਚ ਏਡੀ ਵੱਡੀ ਮੈਨ ਮੇਡ ਪੇਨ ਕਿਤੇ ਨਾ ਹੋਈ ਹੋ। ਬਿਲਕੁਲ, ਜਦੋਂ ਅਸੀਂ ਇਕਦਮ ਲਾਕਡਾਊਨ ਲਾਇਆ, ਕਰੋੜਾਂ ਹੀ ਲੋਕ ਰੋਟੀ ਖਾਣ ਨੂੰ ਨਹੀਂ, ਉਹ ਘਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਆਵਾਜਾਈ ਦਾ ਸਾਧਨ ਨਹੀਂ, ਉਹਨਾਂ ਨੂੰ ਸੜਕਾਂ ਨੂੰ ਤੁਰਿਆ ਜਾਣ ਦਿੱਤਾ ਜਾਂਦਾ, ਉਹ ਰੇਲ ਦੀ ਪਟੜੀ ਨਾਲ ਜਾਂਦੇ ਨੇ, ਉੱਥੇ ਨੀ ਤੁਰਿਆ ਜਾਣ ਦਿੱਤਾ ਜਾਂਦਾ, ਉਹ ਡਾਂਡੇ ਮਿੰਡੇ ਹੋ ਕੇ ਇਧਰੋਂ ਉਧਰੋਂ ਹੋ ਕੇ ਨਾਲਿਆਂ ਨਦੀਆਂ ਨੂੰ ਕ੍ਰਾਸ ਕਰਕੇ ਜਾਂਦੇ ਨੇ, ਉੱਥੇ ਵੀ ਨਹੀਂ ਦਿੱਤਾ ਜਾਣ ਦਿੱਤਾ। ਕੋਈ ਪੈਦਲ ਜਾ ਰਿਹਾ, ਕੋਈ ਸਾਈਕਲ ਚਲਾ ਕੇ ਬਿਹਾਰ ਜਾ ਰਿਹਾ। ਇੰਨੀ ਵੱਡੀ ਗਿਣਤੀ ਔਸਤਨ ਹੈ ਕਿ 5 ਤੋਂ 6 ਕਰੋੜ ਲੋਕ ਜਿਹੜੇ ਨੇ ਉਹਨਾਂ ਵਿਚਾਰਿਆਂ ਨੂੰ ਆਪਣੇ ਘਰਾਂ ਨੂੰ ਚਾਲੇ ਪਾਏ। ਇੰਨੀ ਮੈਨ ਮੇਡ ਟ੍ਰੈਜਡੀ, ਅਸੀਂ ਇਹਨੂੰ ਕਿਸੇ ਹੋਰ ਤਰ੍ਹਾਂ ਨਹੀਂ ਸਰ ਸੋਚ ਸਕਦੇ। ਅਸੀਂ 4 ਘੰਟਿਆਂ ਚ ਲਾਕਡਾਊਨ ਕਰਨਾ ਸੀ, 4 ਘੰਟਿਆਂ ਚ ਜਨਤਾ ਕਰਫਿਊ ਲਾਉਣਾ ਸੀ, 2 ਦਿਨ 3 ਦਿਨ 4 ਦਿਨ, ਫਿਰ ਉਹ ਇੱਕ ਕੋਈ ਫਿਰਕੇ ਦੇ ਲੋਕ ਦਿੱਲੀ ਚ ਇਕੱਠੇ ਹੋ ਗਏ ਮਸਜਿਦਾਂ ਚ, ਇਹਨਾਂ ਨੇ ਕਰੋਨਾ ਫੈਲਾ ਦਿੱਤਾ। ਕੁਝ ਨੰਦੇੜ ਸਾਹਿਬ ਗਏ ਸਿੱਖ ਯਾਤਰੂ, ਉਹ ਫਸ ਗਏ। ਉਹ ਭਾਈ ਦੇਸ਼ ਕਰੋੜਾਂ ਦਾ ਦੇਸ਼ ਹੈ, ਲੋਕੀ ਹਰ ਰੋਜ਼ ਔਸਤ 504 ਕਰੋੜ ਬੰਦੇ ਆਪਣੇ ਘਰ ਤੋਂ ਬਾਹਰ ਹੁੰਦੇ ਨੇ, ਉਹ 4 ਘੰਟਿਆਂ ਚ ਤੇ ਆ ਨਹੀਂ ਸਕਦੇ ਆਪਣੇ ਘਰ, ਉਹਨੂੰ ਆਪਣੇ ਘਰਾਂ ਚ ਤੇ ਵਾਪਸ ਆ ਜਾਣ ਦਿਓ। ਠੀਕ, ਮੈਂ ਨਹੀਂ ਸਮਝਦਾ ਕਿ ਉਸ ਜਿਨ੍ਹਾਂ ਨੇ ਇਹ ਫੈਸਲਾ ਲਿਆ, ਬਹੁਤ ਬਹੁਤ ਮਾੜਾ ਸ਼ਬਦ ਵਰਤਣ ਲੱਗਾ, ਮਾਫ਼ੀ ਪਹਿਲਾਂ ਮੰਗ ਰਹੀ ਨਾ, ਉਹ ਮਨੁੱਖ ਨੇ, ਉਹ ਸੋਚ ਨਹੀਂ ਸਕਦੇ, ਉਹਨਾਂ ਦਾ ਕੋਈ ਘਰ ਨਹੀਂ, ਉਹਨਾਂ ਨੂੰ ਪਤਾ ਨਹੀਂ ਅਸਾਂ ਕਿਵੇਂ ਵਾਪਸ ਜਾਣਾ, ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਕੱਲ੍ਹ ਦੀ ਰੋਟੀ ਕਿੱਥੋਂ ਖਾਣੀ ਹੈ। ਇੰਨਾ ਕੈਲਸ ਐਟੀਚਿਊਡ ਸਾਡੇ ਹੁਕਮਰਾਨਾਂ ਦਾ, ਇੱਥੇ ਕੈਬਨਿਟ ਵੀ ਏ, ਇੱਥੇ ਅਫਸਰਸ਼ਾਹੀ ਏ, ਕੋਈ ਸੋਚ ਹੀ ਨਹੀਂ ਸਕਦਾ। ਆਪਾਂ ਨਿੱਕਾ ਜਿਹਾ ਕੋਈ ਕੰਮ ਕਰਨਾ ਹੋਏ ਤੇ 20 ਵਾਰੀ ਘਰ ਸੋਚਦੇ ਹਾਂ, ਗੁਆਂਢੀ ਦੀ ਸਲਾਹ ਲੈਂਦੇ ਹਾਂ, ਉਹ ਪੰਜਾਬੀ ਦੀ ਉਦਾਹਰਣ ਹੈ ਕਿ ਯਾਰ ਕੰਧ ਕੋਲੋਂ ਹੀ ਸਲਾਹ ਲੈ ਲਓ। ਇੱਥੇ ਤੇ ਇੰਝ ਜਾਪਦਾ ਵੀ ਸਲਾਹ ਦੀ ਲੋੜ ਹੀ ਨਹੀਂ ਜੀ। ਸੋ ਇਸ ਹਾਲਾਤ ਜਦੋਂ ਇੱਥੋਂ ਅਸੀਂ ਗੁਜ਼ਰ ਰਹੇ ਸਾਂ, ਉਹਦੇ ਚ ਐਕਟ ਲਿਆਉਣੇ, ਬਿੱਲ ਲਿਆਉਣੇ। ਬਿਲਕੁਲ ਭਾਈ, ਚਲੋ ਜੇ ਤੁਹਾਨੂੰ ਸਮਝਦੇ ਹੋ ਵੀ ਲੈਪਸ ਹੋ ਗਿਆ, ਤੁਹਾਡੇ ਦੇਰ ਆਏ ਦਰੁਸਤ ਆਏ, ਜੇ ਆਰਡੀਨੈਂਸਾਂ ਦਾ ਵਿਰੋਧ ਹੋਇਆ ਸੀ ਤੇ ਇਹਨਾਂ ਨੂੰ ਕਹਿੰਦੇ ਵੀ ਕੋਈ ਨੀ ਅਗਲੀ ਵਾਰੀ ਲੈਵਾਂਗੇ, ਪਾਰਲੀਮੈਂਟ ਇੱਥੇ ਹੀ ਰਹਿਣੀ ਹੈ, ਜੋ ਗਿਣਤੀਆਂ ਮਿਣਤੀਆਂ ਨੇ ਪਾਰਲੀਮੈਂਟ ਦੀਆਂ ਘੱਟੋ ਘੱਟ 2024 ਤੱਕ ਤੇ ਇਹੀ ਰਹਿਣੀਆਂ ਨੇ, ਕੁਝ ਬਦਲਣ ਵਾਲਾ ਨਹੀਂ ਇੱਥੇ। ਬਿਲਕੁਲ, ਤਾਂ ਆਪਾਂ ਸਾਲ ਬਾਅਦ ਵੀ ਇਹਨਾਂ ਨੂੰ ਪਾਰਲੀਮੈਂਟ ਚ ਲਿਆ ਸਕਦੇ ਸਾਂ। ਬਿਲਕੁਲ, ਰਾਤੋ ਰਾਤ ਤੇ ਮੰਡੀਆਂ ਉਤਰ ਨਹੀਂ ਜਾਣੀਆਂ, ਲੇਕਿਨ ਇੱਥੇ ਕਿਹਾ ਵੀ ਹਾਂ ਕਾਨੂੰਨ ਆ ਗਿਆ, ਹੁਣ ਕਿਸੇ ਨੂੰ ਕੋਵਿਡ ਥੱਲੇ ਅੰਦਰ ਕਰ ਦਿਆਂਗੇ, ਕਿਸੇ ਨੂੰ ਅਸੀਂ ਦੇਸ਼ ਧਰੋਹੀ ਕਹਿ ਕੇ ਅੰਦਰ ਕਰ ਦਿਆਂਗੇ, ਆਵਾਜ਼ ਦਬਾ ਦਿਆਂਗੇ। ਤੇ ਮੈਂ ਇੱਕ ਉਦਾਹਰਨ ਦੇਣ ਲੱਗਾ, ਮੈਂ ਕਹਿੰਦਾ ਹੁੰਦਾ ਸਾਡੇ ਕੋਲ ਤੇ ਉਦਾਹਰਨਾਂ ਹੀ ਬੜੀਆਂ ਇਸ ਦੇਸ਼। ਉਹ ਜਿਹੜਾ ਬਿਹਾਰ ਦੇ ਵਿੱਚ ਇੱਕ ਜ਼ਿਲ੍ਹਾ, ਹੁਣ ਤੇ 1-2-3 ਬਣ ਗਏ ਨੇ, ਚੰਪਾਰਨ, ਤੇ ਉੱਥੇ ਨੀਲ ਦੀ ਖੇਤੀ ਹੁੰਦੀ ਸੀ, ਕੁਦਰਤੀ ਪੌਦਾ ਹੁੰਦਾ ਸੀ, ਉਦੋਂ ਸਿੰਥੈਟਿਕ ਨੀਲ ਜਿਹਨੂੰ ਆਉਂਦੇ ਹਾਂ ਕੱਪੜਿਆਂ ਨੂੰ ਲਾਉਣ ਵਾਲਾ, ਉਹ ਅਜੇ ਪੈਦਾ ਨਹੀਂ ਸੀ ਹੋਇਆ, ਕੁਦਰਤੀ ਨੀਲ ਸੀ, ਜਿਹੜੀਆਂ ਸਾਡੀਆਂ ਦਾਦੀਆਂ ਉਹ ਨੀਲੇ ਰੰਗ ਦੇ ਖੇਸਾਂ ਨੂੰ ਲਾਇਆ ਹੁੰਦਾ ਸੀ, ਵਿੱਚ ਡੱਬੀਆਂ ਵਾਲੇ ਖੇਸ ਹੋਇਆ ਕਰਦੇ ਸਨ, ਉਹ ਨੀਲਾ ਰੰਗ ਕੁਦਰਤੀ ਪੌਦੇ ਦਾ ਰੰਗ ਸੀ, ਉਹ ਉੱਥੇ ਹੁੰਦਾ ਸੀ, ਫਿਰ ਉਹਨੂੰ ਪ੍ਰੋਸੈਸਿੰਗ ਕੀਤਾ ਜਾਂਦਾ, ਜਿਵੇਂ ਆਪਾਂ ਬਾਕੀ ਕਈ ਫਸਲਾਂ ਪ੍ਰੋਸੈਸ ਕਰਦੇ ਹਾਂ, ਚਾਹ ਵੀ ਹੈ ਜਿਹੜੀ ਆਪਾਂ ਪੀਂਦੇ ਹਾਂ, ਚਾਹ ਪੱਤੀ ਇਹ ਵੀ ਪੌਦਿਆਂ ਨੂੰ, ਉਹਦੇ ਪੱਤੀਆਂ ਨੂੰ ਪ੍ਰੋਸੈਸ ਕੀਤਾ ਜਾਂਦਾ, ਸੁਕਾਇਆ ਜਾਂਦਾ ਕੰਟਰੋਲਡ ਹਾਲਤਾਂ ਚ, ਉੱਥੇ ਉਹਦਾ ਹਾਈਡ੍ਰੋਲਿਸਿਸ ਦਾ ਪ੍ਰੋਸੈਸ ਹੁੰਦਾ ਨੀਲ ਬਣਾਉਣ ਦਾ, ਜੋ ਕੰਪਨੀਆਂ ਬ੍ਰਿਟਿਸ਼ ਸਨ। ਹੌਲੀ ਹੌਲੀ ਲੋਕਾਂ ਨੇ ਵੇਖਿਆ ਵੀ ਇਹ ਤਾਂ ਸਾਨੂੰ ਫਾਇਦਾ ਹੀ ਨਹੀਂ, ਇਹਦਾ ਰੇਟ ਹੀ ਨਹੀਂ ਮਿਲਦਾ, ਫਿਰ ਉੱਥੇ ਕੰਪਲਸ਼ਨ ਸੀ ਵੀ ਤੁਹਾਨੂੰ ਕੁਝ ਪਰਸੈਂਟੇਜ ਚ ਨੀਲ ਉਗਾਉਣਾ ਹੀ ਪਏਗਾ, ਨਹੀਂ ਤਾਂ ਫੈਕਟਰੀਆਂ ਬੰਦ ਹੋ ਜਾਣਗੀਆਂ। ਸੋ ਉੱਥੇ ਪਹਿਲਾ ਐਜੂਟੇਸ਼ਨ ਚੰਪਾਰਨ ਚ ਹੋਇਆ। ਸੋ ਦਿਸ ਦੇਸ਼ ਦੇ ਵਿੱਚ
1916 कारपोरेट सैक्टर की कारगुजारी के विरुद्ध किसानों के एजीटेशन तुरया जिद तो बाद देश की फ्रीडम का स्ट्रगल आया तो मैं तो यही समझना कि शायद उ इतिहास दोहराया जाएगा जरा किसानों का स्ट्रगल हूं होगा शायद सानू आस है कि कुछ निजात मिल जाए जिहड़ियां हुण तक साडियां इत्थे मुश्किलां आईयां ने तो ए वे जी मोटी जी गल बाकी तुसी कोई खास सवाल पुछो मां जी मैं एक तां कमेंट पढ़ना चाहांगा एक ए है कि तुहाडी आमद नाल डॉक्टर साहब मेरे अपने कहण दी गल नहीं मेरी टीम दे बंदे जिहड़े हैगे ने उहनां उह बहुत बिजी ने इन्ने ने प्रोग्राम करने हुंदे ने ਉਹਨਾਂ ਦੇ ਵਿੱਚ ਬਹੁਤ ਨੋਨ ਜਰਨਲਿਸਟ ਨੇ ਉਹ ਵੀ ਤੁਹਾਡੀ ਗੱਲਬਾਤ ਇਸ ਵੇਲੇ ਸੁਣ ਰਹੇ ਨੇ ਪਰਮਵੀਰ ਬਾਠ ਜੀ ਸਤਵਿੰਦਰ ਰਾਜਪਾਲ ਜੀ ਸਾਡੇ ਟੀਮ ਮੈਂਬਰ ਨੇ ਇਸੇ ਤਰੀਕੇ ਦੇ ਨਾਲ ਸਰਵਨ ਟਵਾਣਾ ਜੀ ਮੈਂਬਰ ਨੇ ਸਾਡੀ ਟੀਮ ਮੈਂਬਰ ਵੀ ਨੇ ਔਰ ਐਮ ਡੀ ਵੀ ਨੇ ਰੇਡੀਓ ਚੰਨ ਪਰਦੇਸੀ ਦੇ ਨਾਲ ਅਮਨਦੀਪ ਜੀ ਪ੍ਰੋਫੈਸਰ ਮੋਹਨ ਸਿੰਘ ਜੀ ਔਰ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਤੁਹਾਡੇ ਬਾਰੇ ਇੱਕ ਛੋਟਾ ਜਿਹਾ ਕਾਮੈਂਟ ਭੇਜਿਆ ਮੈਂ ਪੜ੍ਹਨਾ ਚਾਹੂੰਗਾ ਤੁਹਾਡੀ ਇਜਾਜ਼ਤ ਨਾਲ ਕਹਿੰਦੇ ਡਾਕਟਰ ਸਾਹਿਬ ਬਾਰੇ ਪ੍ਰੋਫੈਸਰ ਡਾਕਟਰ ਨਿਤਨੇਮ ਸਿੰਘ ਜੀ ਤੋਂ ਸੁਣਿਆ ਸੀ ਪਰ ਦਰਸ਼ਨ ਜਗਰਾਓਂ ਦੇ ਸਾਇੰਸ ਕਾਲਜ ਦੀ ਗੋਲਡਨ ਜੁਬਲੀ ਸਮੇਂ ਦਰਸ਼ਨ ਹੋਏ ਉਦੋਂ ਮੌਕਾ ਮਿਲਿਆ ਇੱਕ ਰੁੱਖ ਡਾਕਟਰ ਸਾਹਿਬ ਨੇ ਸਿਰ ਤੇ ਟੋਕਰਿਆਂ 'ਚ ਲਿਆ ਕੇ ਲਾਏ ਅਤੇ ਡਾਕਟਰ ਨਿਤਨੇਮ ਸਿੰਘ ਨੂੰ ਵੀ ਤਰਾਸ਼ਿਆ ਅੱਜ ਇਹਨਾਂ ਨੂੰ ਸੁਣ ਕੇ ਰੂਹ ਸਰਸ਼ਾਰ ਹੋ ਗਈ ਹੈ ਸਰਕਾਰਾਂ ਨੂੰ ਇਸ ਪਾਏ ਦੇ ਵਿਦਵਾਨਾਂ ਨੂੰ ਪੁੱਛ ਕੇ ਕਾਨੂੰਨ ਬਣਾਉਣੇ ਚਾਹੀਦੇ ਨੇ ਤੁਹਾਡੇ ਯਤਨਾਂ ਨਾਲ ਉਹਨਾਂ ਨੂੰ ਸੁਣ ਰਹੇ ਹਾਂ ਮੇਰਾ ਆਪਣਾ ਖਿਆਲ ਸੀ ਔਰ ਇਹ ਦਰੁਸਤ ਵੀ ਹੈ ਡਾਕਟਰ ਸਾਹਿਬ ਜਿੰਨੀ ਬਰਾਡ ਪਰਸਪੈਕਟਿਵ ਤੋਂ ਤੁਸੀਂ ਇਸ ਗੱਲ ਨੂੰ ਸੁਣਾਇਆ ਔਰ ਜਿੰਨੀ ਸਾਦਗੀ ਨਾਲ ਸੁਣਾਇਆ ਇਹੀ ਤੁਹਾਡੀ ਪ੍ਰਵੀਨਤਾ ਹੈ ਤੁਸੀਂ ਬੜੇ ਆਲਾ ਅਫਸਰ ਰਹੇ ਹੋ ਪੰਜਾਬ ਸਰਕਾਰ ਦੇ ਤੁਹਾਨੂੰ ਹਰ ਕਿਸਮ ਦੀ ਲੈਂਗੁਏਜ ਆਉਂਦੀ ਹੈ ਔਰ ਤੁਹਾਡਾ ਵਿਜ਼ਨ ਵੈਸੇ ਹੀ ਬਹੁਤ ਵੱਡਾ ਔਰ ਵੱਡੇ ਐਜੂਕੇਸ਼ਨਿਸਟ ਹੋ ਪਰ ਐਡੀ ਵੱਡੀ ਗੱਲ ਨੂੰ ਇੰਨੇ ਸੌਖੇ ਤਰੀਕੇ ਨਾਲ ਸੁਣਾ ਸਕਣਾ ਇਹ ਬਹੁਤ ਥੋੜੇ ਲੋਕ ਨੇ ਜਿਹੜੇ ਕਰ ਸਕਦੇ ਨੇ ਔਰ ਤੁਸੀਂ ਉਹ ਕੁਝ ਕੀਤਾ ਇਦੋਂ ਇਲਾਵਾ ਇੱਕ ਪ੍ਰਿੰਸੀਪਲ ਸੁਮੇਰਾ ਨੇ ਕਹਿੰਦੇ ਨੇ ਸੱਚਮੁੱਲ ਮਾਨ ਸਾਹਿਬ ਤੁਸੀਂ ਹੀਰੇ ਤਲਾਸ਼ਦੇ ਰਹਿੰਦੇ ਹੋ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਅਤੇ ਸੁਣਦੇ ਹਾਂ ਇਸ ਕਿਸਮ ਦੇ ਪ੍ਰੋਗਰਾਮ ਬਿਲਕੁਲ ਜੀ ਬਹੁਤ ਮਿਹਰਬਾਨੀ ਸਿਮਰ ਸੁਮੇਰਾ ਜੀ ਮਾਨ ਸਾਹਿਬ ਮਿਹਰਬਾਨੀ ਤੁਹਾਡੀ ਅਤੇ ਜਿਹਨਾਂ ਸੱਜਣਾਂ ਨੇ ਮੇਰੇ ਹਿਸਾਬ ਨਾਲ ਤੇ ਜ਼ਰੂਰ ਤੋਂ ਵੱਧ ਤਾਰੀਫ ਕੀਤੀ ਹੈ ਇਹ ਤੇ ਆਪ ਬੜੇ ਚੰਗੇ ਬੰਦੇ ਨੇ ਨਿਤਨੇਮ ਬਰਾੜ ਬੜਾ ਵਧੀਆ ਇਨਸਾਨ ਹੈ ਦੂਜੇ ਪ੍ਰਿੰਸੀਪਲ ਸਾਹਿਬਾਂ ਨੂੰ ਤੇ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਪਰਮਵੀਰ ਬਾਠ ਦਾ ਆਪਣੇ ਹੀ ਅਸੀਂ ਇਹ ਤੇ ਖੈਰ ਮੈਂ ਇੱਕ ਦੋ ਗੱਲਾਂ ਜ਼ਰੂਰ ਕਹਿਣੀਆਂ ਚਾਹਾਂਗਾ ਇਸ ਤੋਂ ਪਹਿਲਾਂ ਕਿ ਤੁਹਾਡਾ ਜਿਹੜੀ ਹੈ ਬਿਲਕੁਲ ਹਾਂਜੀ ਮੈਂ ਉਹ ਕਹਿਣ ਲੱਗਾ ਜੀ ਵੀ ਇੱਕ ਹਾਕਮ ਨੀਤੀਵਾਨ ਮਾਹਰ ਉਹਨਾਂ ਨੂੰ ਇੱਕ ਅੰਗਰੇਜ਼ੀ ਦਾ ਲਫ਼ਜ਼ ਮੈਂ ਮੰਨਣ ਲੱਗਾ ਉਹਨਾਂ ਨੂੰ ਇੱਕ ਓਬਸੈਸ਼ਨ ਹੈ ਐਕਸਪੋਰਟ 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 ਠੀਕ ਹੈ ਬਾਈ ਕਰੋ ਜ਼ਰੂਰ ਕਰਨੀ ਚਾਹੀਦੀ ਐਕਸਪੋਰਟ ਉਹ ਸਮਝਦੇ ਨੇ ਵੀ ਐਕਸਪੋਰਟ ਤੋਂ ਬਿਨਾਂ ਆਉਣ ਵਾਲੀ ਜਿਹੜੀ ਹੈ ਕਿਤੇ ਸੂਰਜ ਚੜ੍ਹਨਾ ਹੀ ਨਹੀਂ ਮੈਂ ਮਹਿਸੂਸ ਕਰਦਾ ਔਰ ਇਹ ਮੇਰੀ ਬੜੇ ਮੰਨੇ ਹੋਏ ਅਰਥ ਸ਼ਾਸਤਰੀ ਨੇ ਉਹਨਾਂ ਤੋਂ ਮੈਂ ਉਲਟ ਦ੍ਰਿਸ਼ਟੀਕੋਣ ਰੱਖਦਾ ਵੱਖਰਾ ਦ੍ਰਿਸ਼ਟੀਕੋਣ ਰੱਖਦਾ ਉਹ ਭਾਈ ਖੇਤੀ ਦੀ ਐਕਸਪੋਰਟ ਅਮਰੀਕਾ ਨੂੰ ਲੋੜ ਹੈ ਕਿਉਂਕਿ 2% ਲੋਕ ਖੇਤੀ ਕਰਦੇ ਨੇ ਨਾ ਜੋ ਉਹਨਾਂ ਕੋਲ ਢੇਰਾਂ ਦੀ ਢੇਰ ਪੈਸਾ ਹੁੰਦਾ ਉਹਨਾਂ ਨੂੰ ਤਾਂ ਐਕਸਪੋਰਟ ਕਰਨਾ ਠੀਕ ਭਾਈ ਉਹ ਆਸਟ੍ਰੇਲੀਆ ਨੂੰ ਲੋੜ ਹੋ ਸਕਦੀ ਹੈ ਬ੍ਰਾਜ਼ੀਲ ਨੂੰ ਲੋੜ ਹੋ ਸਕਦੀ ਹੈ ਖਾਣ ਵਾਲੇ ਥੋੜੇ ਨੇ ਜ਼ਮੀਨਾਂ ਜ਼ਿਆਦਾ ਨੇ ਅੱਜ ਦੇ ਮਸ਼ੀਨੀ ਯੁੱਗ 'ਚ ਬਹੁਤਾ ਪੈਦਾ ਕਰ ਲੈਂਦੀ ਮੰਨ ਲਈ ਗੱਲ ਜੀ ਕੈਨੇਡਾ ਨੂੰ ਲੋੜ ਹੋ ਸਕਦੀ ਹੈ ਕਿ ਆਬਾਦੀ ਥੋੜੀ ਹੈ ਰਕਬੇ ਚਲੋ ਸਾਰੇ 'ਚ ਖੇਤੀ ਨਹੀਂ ਹੁੰਦੀ ਵੀ ਪ੍ਰੋਡਕਸ਼ਨ ਓਵਰਆਲ ਬੜੀ ਆ ਠੀਕ ਉਹ ਭਾਈ ਜਿਹੜੇ ਦੇਸ਼ਾਂ ਦੀ ਆਬਾਦੀ ਘਣੀ ਹੈ ਹਿੰਦੁਸਤਾਨ ਦੁਨੀਆਂ ਦਾ ਦੂਜਾ ਪਾਪੂਲਸ ਦੇਸ਼ ਠੀਕ ਤੇ ਜੇ ਇਸ ਖਿੱਤੇ ਦੇ ਮੈਂ ਸਾਊਥ ਏਸ਼ੀਆ ਜਿਹਨੂੰ ਆਨੇ ਆ ਵਿੱਚ ਬੰਗਲਾਦੇਸ਼ ਜੋੜ ਲਓ ਸਿਲੋਨ ਜੋੜ ਲਓ ਨੇਪਾਲ ਜੋੜ ਲਓ ਤੇ ਪਾਕਿਸਤਾਨ ਜਿਹੜਾ ਕਿ ਸਾਡੇ ਦੇਸ਼ ਦਾ ਜਾਨੀ ਦੁਸ਼ਮਣ ਗਿਣਿਆ ਜਾਂਦਾ ਤੇ ਸ਼ਾਇਦ ਤੁਸੀਂ ਚੀਨ ਦੇ ਬਰਾਬਰ ਆ ਜਾਂਦੇ ਹੋ ਭਾਵ ਸਭ ਤੋਂ ਵੱਧ ਆਬਾਦੀ ਇੱਥੇ ਆ ਮੂੰਹ ਤੇ ਤੁਹਾਡੇ ਕੋਲ ਨੇ
खाने वाले ढिड तुहाडे ने खाली ते तुसां सपोर्ट जरूर यूरोप च करनी है भाई, की लोड़ है सानू सपोर्ट करन दी जी। तो एडी वड्डी साडी आबादी जिहड़ी है खेती उपजां च, मैं नहीं समझदा कि सानू कोई इंटरनेशनल व्यापार संगठन सानू डिक्टेट करे। जे अमरीका का राष्ट्रपति कह सकता अमेरिका फस्ट ते की हिंदुस्तान की सोच नहीं बन सकती कि हिंदुस्तान फस्ट। सानू की लोड़ है नंबर दो जेड़े साड़ी, ये मैं थोड़ी जी खेतरी गल कर लगा, पंजाब हरियाणा वैस्टर्न यूपी जिन्हों के तुसी फूड बॉल आंदे हो हिंदुस्तान का, भाई थानू दिक्कत की है? किसी पॉलिटिशियन ने कहा सी, हुण भी कहिंदे ने जी असीं मद्रास च कणक आस्ट्रेलिया चो मंगाईए ते सस्ती पैंदी है, असाम वाले आंदे जे असीं बर्मा तो चौल धरती दे राही लै लईए ते सानू पंजाब दे चौलां नालों सस्ते पैंदे ने। मान ली गल, असीं तुहाडे नाल सहमत हां भाई। तुहानू देश नू सोचना की चाहिदा कि सानू जलंधर दे आलू सब्जी मंडी दिल्ली दी थां लाहौर नेड़े पैंदा। सो असीं एक जिहड़ा हवा क्रिएट कर लिया, और कल्ले मैं किसे एक देश नहीं गल करदा, तुसीं फॉरन पॉलिसी नू वेखो, साडे बिलकुल गुआंढी देश जिहड़े ने जिन्हों असीं कहिंदे इको एक हिंदू राष्ट्र है, असीं अपने आप नू हिंदुस्तान नू सैकुलर कहण करके कह नहीं सकते, हालांकि बहुत गिणती या कुछ समझदे ने भी नहीं जी असीं इहनू बनाउणा है। नेपाल हिंदू राष्ट्र उहदे नाल साडे संबंध चंगे नहीं जी। सो असीं जिहड़ी ये फॉरन पॉलिसी है ओनू भी इसे ही अजे तक असीं ऐनक नहीं ला सके ते केड़े देश नाल असां संबंध रखने ने ते नहीं, और नेट रिजल्ट है कि इस वेले साडे सारे ही जिहड़े गुआंढी ने साडे सारे नाल इस पर खिलाफ है। जिन्ने चिर दे विच कणक दा ट्रक कितों वी कह लो मोगे मंडी तों जाके पहुंचदा कराला च, ओने चिर चो चला जाएगा ईरान लंघ के ते ताजिकस्तान दे बार्डर ते। ठीक है, ताजिकस्तान च बथेरी कणक हुंदी है, पर बड़े देश ने जिन्हां नूं अनाज दी लोड़ है, और आबादी वधी जा रही है, खेती ते परसेंटेज लोकां दी घटी जा रही है, जिस रेट ते वधदी है, जिहड़ा हुण सानूं लगदा वी साडा गोदाम भरिया, एक जां दो साल जे किते सोका पै गया मानसून ना आई ते साडा गोदाम फिर खाली लखाली। सही। तो ये जिहड़ी साडी फॉरन पॉलिसी है, घट्टो घट्ट पंजाब दे उत्तर साडे कोल खनिज पदार्थ साडे कोल नहीं, साडे कोल कोई समुंदर नेड़े नहीं लगता, असीं व्यापार कर लईए, जिहड़ा साडा खुशकी दा बार्डर है ओह असीं तारां भी लाईआं, बंदे भी लाए, बिजली दीआं तारां भी लाईआं, उत्थों दीआं ना चिड़ी नहीं फटकन देनी। ठीक है। तो भाई हर पंजाबी हर हिंदुस्तानी नूं जिहड़ा कि देश दा भला चाहुंदा, मैं समझना भी लड़ाई कर लो, भलवान भी ते लड़दे ही ने, जिदन लड़ाई होएगी लड़ लियो, पंजाबी सब तो अगे हो गए लड़नगे, लेकिन रब दा वास्ता व्यापार 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 इंटरनेशनल नहीं गवांडियां वाल। जे असी खुशकी दे रस्ते करिए, देखो चीन कहिंदे जी बड़ा जी ओ सड़क बना रहा हिमालय दे उत्तों दी उधर दी, फिर आंदे जी अमरीका ने किन्ने किन्ने फलीट लै ले, क्योंकि व्यापार दे रस्ते ओ समुद्रां च खुले रखना चाहुंदे ने, ओ जिहड़ा साडा इक रस्ता सी ओ असीं बंद करके बैठे होए आ। ठीक है। तो साडे नीतिवानां नूं मैनूं तां समझ नहीं आउंदी, जे सदियां दी लड़ाई तो बाद फ्रांस इंग्लैंड दीआं मध्यकाल दीआं लड़ाइयां किहनूं भुल्लियां ने, जर्मनी ते फ्रांस दीआं, जे ओह सारे इकट्ठे हो सकदे ने ते असीं क्यों नहीं हो सकदे भाई। मैं नहीं आंदा इकट्ठे होवो, घट्टो घट्ट जिहदे च सानूं दोहां नूं फायदा, असीं इहनूं क्यों परमानेंटली इहनूं वधाई जा रहे हां इस खिचाव नूं। सो खेती कल्ली पॉलिसी नहीं बन सकेगी, विदेश नीति उहदे नाल जुड़ी है, और साडे देश की विदेश नीति जिहड़ी है बड़ी संकीर्ण दृष्टिकोण तो वेखी जाती है, खास किस्म दीआं ऐनकां ला के वेखियां जांदियां ने। दूजा मैं NRI भरावां नूं खास करके कहांगा, भविख लई मैं हिंदुस्तान की गल तो परा हो के किसानी की गल करदा, वह भाई तुसीं जांदे हो बड़े सोहणे सोहणे बैंड लैके कुड़ियां मुंडे जांदे हो, बड़ा तुसीं बड़े खुशहाल हो, बड़ा कुछ कर रहे हो, लेकिन मैं बतौर हुण जिवें कहिंदे ने बरात च एक बुढ़ा नाल लै जांदा सी, मैं तुहानूं कहांगा ओ भाई जिथे जिथे जांदे हो जमीना लो, बंजर लो, खेती नाल जुड़ो,
ट्रक चलाने चलाओ जरूर चलाओ लेकिन बजाय होर निके निके ढंगियां दे क्योंकि दुनिया दे विच अज भी जड़ा भावे मैं दूजी तीजी जनरेशन का पंजाबी है वह रह सकता जे वह फार्म ते रह सकता जे जेड़ा पक्का गोरा जे वह फार्म ते नहीं जे रह सकता तो जेड़ी तुहाडी स्ट्रेंथ है कम्युनिटी के तौर पर पंजाबी इस मैं हिंदू सिख का नहीं सवाल कर रहा जेड़े भी तुसीं जांदे हो कनेडा आस्ट्रेलिया जमीन नाल जुड़ो जमीन नाल जुड़ो एक घटी जानी जे ग्लोब ते आबादी वधी जानी जे जमीन दे टुकड़े घटी जाने जे ते जे तुसीं भविख च अपनियां पीढ़ियां दा कोई सवारना जे ते कला शहरां च रह के ते इधर उधर दियां गल्लां ते नाल जिहड़े जिहड़े वक्ती ने सर्विस तुसीं किन्ने भी चंगी कर लो बिजनेस का कोई पता नहीं किदन डबंग हो जाना तो यह ने जी भाई साहब कुछ ते एक मैं गल इथों दी भुल गया वा मैं पहला करनी चाहिए सी कि साडा देश साडा हाकम साडे नीतिवान साडे माहर साडे ब्यूरोक्रैट प्राइवेट सैक्टर प्राइवेट सैक्टर प्राइवेट सैक्टर भाई इहदा कोई कारगुजारी तां वेखो हिंदुस्तान का प्राइवेट सैक्टर कादे सिर ते चल रहा लोकां दे पैसे बैंकां जांदे ने सारे मेहनत की कमाई उत्थे बैंक देंदे ने इन्हां नूं कर्जा कोई भी फाइनांस जिहड़ा कोई अपनी तिजोरी जो कढ के करे हैं इनवैसटमेंट फिर तो मैं मन्ना जी रेल जिहड़ी प्राइवेट हो गई फलानी चीज पैसा तुहाडा बैंकां च पिया उन्हां ने मोड़ना नहीं खरबां नहीं खरबां तो भी वध जो कोई हिंसा होवे तां बिलियन तो बिलियन जिहड़े पैसे ने ਉਹ ਬੈਂਕ ਜਿਹੜੇ ਨੇ ਇਸ ਵੇਲੇ ਡਬੰਕ ਹੋਏ ਪਏ ਨੇ ਬੈਂਕ ਹਿੰਦੁਸਤਾਨ ਦੇ ਡੁੱਬਣ ਕਿਨਾਰੇ ਆਏ ਹੋਏ ਨੇ ਕਿਉਂ ਜਿਹੜਾ ਪੈਸਾ ਲੈਂਦਾ ਉਹ ਮੋੜਦਾ ਨਹੀਂ ਜਿਹੜਾ ਪੈਸਾ ਲੈਂਦਾ ਉਹ ਮੋੜਦਾ ਨਹੀਂ ਉਹਨੂੰ ਲੈਂਦੇ ਹੀ ਤਾਂ ਨੇ ਮੋੜਨਾ ਨਹੀਂ ਤੇ ਸਾਡੀ ਸਰਕਾਰ ਕੀ ਕਰਦੀ ਹੈ ਪੈਸੇ ਲਈ ਜੀ ਹੋਰ ਖੁੱਲਾ ਕਰਤਾ ਉਹਨੂੰ ਦੇ ਦਿੱਤਾ ਇਹਨੂੰ ਦੇ ਦਿੱਤਾ ਲੋਨ ਲੈ ਲਓ ਸੋ ਭਾਈ ਜਿਹੜੀ ਕਾਰਪੋਰੇਟ ਸੈਕਟਰ ਹੋਰ ਕੀ ਹੋਇਆ ਇੱਥੇ ਦੁਬਾਰਾ ਕੱਢਣ ਦਾ ਕੰਮ ਬੜਾ ਸੌਖਾ ਕਰਤਾ ਸਰਕਾਰ ਦੇ ਆਪਣੇ ਅੰਕੜੇ ਨੇ ਹਿੰਦੁਸਤਾਨ ਦੀਆਂ ਹਜ਼ਾਰਾਂ ਕੰਪਨੀਆਂ ਜਿਹੜੀਆਂ ਨੇ ਉਹ ਦੁਆਲਾ ਕੱਢ ਚੁੱਕੀਆਂ ਨੇ ਤੇ ਉਹਨਾਂ ਤੋਂ ਵੀ ਵੱਧ ਗਿਣਤੀ ਜਿਹੜੀ ਉਹ ਕੱਢਣ ਨੂੰ ਤਿਆਰ ਬੈਠੀਆਂ ਨੇ ਬੈਂਕਾਂ ਤੋਂ ਜਾਣ ਬੁੱਝ ਕੇ ਔਰ ਸੂਚਨਾ ਵੀ ਦੇਣ ਨੂੰ ਤਿਆਰ ਨਹੀਂ ਕਿ ਰਾਤ ਹੀ ਇੱਕ ਸੱਜਣ ਦੱਸ ਰਹੇ ਸਨ ਟੈਲੀਵਿਜ਼ਨ ਤੇ ਕਿ ਉਹਨਾਂ ਨੇ ਆਰ ਟੀ ਆਈ ਐਕਟ ਥੱਲੇ ਪੁੱਛਿਆ ਕਿ ਆਰ ਬੀ ਆਈ ਨੂੰ ਕਿ ਸਾਨੂੰ 100 ਵੱਡੇ ਡਿਫਾਲਟਰਾਂ ਦੇ ਨਾਂ ਦੱਸੋ ਉਹ ਆਂਦੇ ਜੀ ਨਹੀਂ ਦੱਸਣੇ ਸਾਡੇ ਕੋਈ ਸੂਚਨਾ ਹੀ ਹੈ ਨਹੀਂ ਆਰ ਬੀ ਆਈ ਨੂੰ ਇਹ ਨਹੀਂ ਪਤਾ ਕਿ ਉਹ ਡਿਫਾਲਟਰ ਕੀ ਨੇ ਪਹਿਲਾਂ ਡਿਫਾਲਟਰ ਡਾਕਟਰ ਸਾਹਿਬ ਅਸੀਂ ਫਿਰ ਉਹਦੇ ਬਾਅਦ ਰਾਈਟ ਆਫ ਅਖੀਰਲੇ ਅੱਧੇ ਮਿੰਟ ਚ ਆ ਗਏ ਆ ਜੀ ਮੇਰਾ ਜੀ ਕਰਦਾ ਸੀ ਇਹੋ ਜੀ ਵਾਰਤਾਲਾਪ ਜਿਹੜੀ ਹੈਗੀ ਹੈ ਘੰਟਿਆਂ ਬੱਧੀ ਚੱਲੀ ਜਾਵੇ ਲੇਕਿਨ ਉਹ ਸਮੇਂ ਦਾ ਸੰਕੋਚ ਹੈ ਸਿਰਫ ਮੇਰੇ ਕੋਲ 30 ਸੈਕਿੰਡ ਹੋਰ ਨੇ ਜੀ ਠੀਕ ਹੈ ਜੀ ਮਾਨ ਸਾਹਿਬ ਬਹੁਤ ਬਹੁਤ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਧੰਨਵਾਦ ਤੇ ਬਾਕੀ ਸਾਰਿਆਂ ਨੂੰ ਚਾਹੀਦਾ ਹੈ ਕਿ ਭਾਈ ਆਪਾਂ ਜੋ ਮਹਿਸੂਸ ਕਰਦੇ ਹਾਂ ਲੋਕਾਂ ਦੇ ਨਾਲ ਕਰੀਏ ਚੇਤਨ ਹੋਈਏ ਇੱਕ ਦੂਜੇ ਦੀ ਮਦਦ ਕਰੀਏ ਤੇ ਵੇਖੀਏ ਵੀ ਇਹ ਯੁੱਗ ਜਿਹੜਾ ਇਹ ਦੌਰ ਜਿਹੜਾ ਜੇ ਇਹ ਕਿਤੇ ਸਮਰਥ ਬਖਸ਼ੇ ਪਰਮਾਤਮਾ ਸਾਡੇ ਹੁਕਮਰਾਨਾਂ ਨੂੰ ਸਾਡੇ ਨੀਤੀਵਾਨਾਂ ਨੂੰ ਤੇ ਕੋਈ ਲੋਕ ਭਲਾਈ ਦੀਆਂ ਸੱਚੀ ਮੁੱਚੀ ਦੀਆਂ ਸਕੀਮਾਂ ਜੇ ਨੀਤੀਆਂ ਲਿਆ ਸਕਣ ਤੇ ਮੇਰੀ ਜਿਹੜੀ ਇਹ ਰੂਹ ਦੇ ਅੰਤਮ ਸਾਲ ਨੇ ਉਹ ਬੜੇ ਖੁਸ਼ ਹੋਣਗੇ ਮੈਨੂੰ ਬੜਾ ਪ੍ਰਸੰਨਤਾ ਹੋਏਗੀ ਤੇ ਅਕਲ ਸ਼ਾਇਦ ਆ ਹੀ ਜਾਏ ਵਾਹਿਗੁਰੂ ਕਿਰਪਾ ਕਰੇਗਾ ਮਿਹਰਬਾਨੀ ਸਾਡੇ ਨਾਲ ਜੁੜੇ ਹੋਏ ਬਹੁਤ ਹੀ ਵਿਦਵਾਨ ਮੈਂ ਸਮਝਾਂਗਾ ਔਰ ਜ਼ਮੀਨ ਨਾਲ ਜੁੜੇ ਹੋਏ ਵਿਦਵਾਨ ਡਾਕਟਰ ਸਾਹਿਬ ਔਰ ਡਾਕਟਰ ਨਿਤਨੇਮ ਸਿੰਘ ਹੁਣਾਂ ਦੇ ਵੀ ਆਏ ਸਨ ਡਾਕਟਰ ਸਾਹਿਬ ਬਾਰੇ ਕੁਝ ਖਿਆਲ ਸਨ ਕਹਿਣ ਵਾਸਤੇ ਲੇਕਿਨ ਉਹ ਮੇਰੇ ਕੋਲ ਸਮਾਂ ਨਹੀਂ ਰਿਹਾ ਤੇ ਮੈਂ ਤੁਹਾਡੇ ਕੋਲੋਂ ਬਸ ਮਾਫ਼ੀ ਮੰਗਾਂਗਾ ਅੱਜ ਇੰਨਾ ਹੀ ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਵਿਚਾਰ ਜਿਹੜੇ ਹੈਗੇ ਨੇ ਇਹ ਇਹਨਾਂ ਨੂੰ ਸੁਣਨ ਵਾਸਤੇ ਮੈਂ ਲਿੰਕ ਜਿਹੜਾ ਹੈਗਾ ਪ੍ਰੋਗਰਾਮ ਦਾ ਬਣਾਵਾਂਗਾ ਜਿਹੜੇ ਵਿਅਕਤੀਆਂ ਕਿਸੇ ਵਜ੍ਹਾ ਕਰਕੇ ਪੂਰਾ ਨਹੀਂ ਸੁਣ ਸਕੇ ਉਹ ਮੈਨੂੰ ਬੇਨਤੀ ਕਰਦੇ ਨੇ ਮੇਰੇ ਫੇਸਬੁੱਕ ਦੇ ਉੱਪਰ ਮੈਂ ਉਹਨਾਂ ਨੂੰ ਪੂਰਾ ਜਿਹੜਾ ਪ੍ਰੋਗਰਾਮ ਦਾ ਲਿੰਕ ਹੈਗਾ ਉਹ ਭੇਜ ਦਿਆਂਗਾ ਦੋਸਤੋ ਅੱਜ ਇੰਨਾ ਹੀ ਤੁਹਾਡੇ ਅਗਲੇ ਪ੍ਰੋਗਰਾਮ ਦੀ ਤੁਹਾਨੂੰ ਦਾਅਵਤ ਦਿੰਦਾ ਹੋਇਆ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ ਰੱਬ ਰਾਖਾ ਜੀ ਮੇਰੇ ਅਗਲੇ ਸਾਥੀ ਜਿਹੜੇ ਹੈਗੇ ਨੇ ਪ੍ਰੋਗਰਾਮ ਲੈ ਕੇ ਤਿਆਰ ਨੇ ਲਓ ਜੀ ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ ਥੈਂਕ ਯੂ ਜੀ ਸ਼ੁਕਰੀਆ ਥੈਂਕ ਯੂ